ਚਕਰ ਚਿਹਨ ਅਰ ਬਰਨ ਜੋਤ ਅਰ ਪਾਤ ਨੈਣ ਜੇ ਰੂਪ ਰੰਗੀ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜ ਤਿਰ ਪਵਨ ਮਹੀਪ ਸੁਰ ਨਾਰ ਅਸੁਰ ਨੀਤ
ਕਹਿਤ ਤੁਅ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ। ਸਗਲ ਦੁਆਰ ਕਉ ਛਾੜ ਕੈ ਗਹਿਉ ਤੁਹਾਰ ਦੁਆਰ, ਬਾਹੀਂ ਗਹਿਂ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾਮ ਸਕਤ ਕਰ ਸੇਵਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ, ਮੂਕ ਉਚਰ ਸ਼ਾਸਤਰ ਖਾਟ ਇੰਗ ਗਿਰਨ ਚੜ ਜਾਏ, ਅੰਧ ਲਖੈ ਬਦਰੂ ਸੁਣੈ ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੂ ਸੁਣੈ ਜੋ ਕਾਲ ਕਿਰਪਾ ਕਰਾਏ। ਜੇ ਪ੍ਰਸਾਦ ਕਰੈ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਆਪ ਸੰਤਾਂ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਜਹਰਾ ਜਗੂਰ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ।
ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾ। ਸੁਖਮਨੀ ਦਾ ਅਰਥ ਮਹਾਂਪੁਰਖ ਵਿਦਵਾਨ ਇਹ ਕਰਦੇ ਸਨ, ਸੁਖਮਨੀ ਮਨ ਨੂੰ ਸੁਖ ਦੇਣ ਵਾਲੀ ਬਾਣੀ। ਦੂਸਰਾ ਅਰਥ ਸੁਖਮਨੀ ਦਾ ਇਹ ਵੀ ਕਰਦੇ ਹਨ, ਸ਼੍ਰੋਮਣੀ ਸੁਖ ਦੇਣ ਵਾਲੀ। ਮਣੀ ਤੋਂ ਭਾਵ ਹੈ ਸ਼੍ਰੋਮਣੀ, ਸੁਖ ਤੋਂ ਭਾਵ ਹੈ ਸੁਖ। ਸ਼੍ਰੋਮਣੀ ਸੁਖ ਕਿਹੜਾ ਹੈ? ਉਹ ਹੈ ਆਤਮਕ ਸੁਖ। ਇਸ ਬਾਣੀ ਦੁਆਰਾ ਸਾਨੂੰ ਆਤਮਕ ਸੁੱਖ ਵੀ ਪ੍ਰਾਪਤ ਹੁੰਦਾ ਹੈ। ਤੀਜਾ ਸੁਖਮਨੀ ਦਾ ਅਰਥ ਮਨਾਂ ਨੂੰ ਸੁੱਖ ਦੇਣ ਵਾਲੀ, ਆਪ ਬਹੁਤਾ ਸੁੱਖ ਦੇਣ ਵਾਲੀ। ਇਸ ਸਤਿਗੁਰੂ ਦੀ ਬਾਣੀ ਹੈ। ਅਸੀਂ ਜਿਵੇਂ ਜਿਵੇਂ ਇਸ ਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਦੇ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਇਹਦੇ ਨਾਲ ਸਾਨੂੰ ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਈ। ਇਸ ਲੋਕ ਦਾ ਸੁੱਖ ਵੀ, ਪਰਲੋਕ ਦਾ ਸੁੱਖ ਵੀ ਅਤੇ ਨਿਤ ਦਾ ਸੁੱਖ, ਆਤਮਕ ਸੁੱਖ ਵੀ ਸਾਨੂੰ ਪ੍ਰਾਪਤ ਹੋ ਸਕਦਾ ਹੈ ਜੇ ਅਸੀਂ ਗੁਰਬਾਣੀ 'ਤੇ ਅਮਲ ਕਰਨਾ ਸ਼ੁਰੂ ਕਰ ਦਈਏ। ਇਸ ਪਵਿੱਤਰ ਬਾਣੀ ਦੀਆਂ 24 ਸ਼ਲੋਕ ਅਤੇ 24 ਅਸ਼ਟਪਦੀਆਂ। ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਨੇ ਮੁੱਖ ਸਿਧਾਂਤ ਰੱਖਿਆ ਹੁੰਦਾ ਹੈ, ਫਿਰ ਉਸੇ ਦੀ ਵਿਆਖਿਆ ਅਸ਼ਟਪਦੀ ਵਿੱਚ ਕੀਤੀ ਹੁੰਦੀ ਹੈ। ਇਸੇ ਢੰਗ ਦੇ ਨਾਲ ਇਹ ਸਾਰੀ ਬਾਣੀ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀ ਹੈ। ਸੋ ਆਪ ਸੰਗਤਾਂ 6ਵੀਂ ਅਸ਼ਟਪਦੀ ਦੀ ਵਿਚਾਰ ਸੁਣ ਰਹੇ। ਇਸ ਪਾਵਨ ਅਸ਼ਟਪਦੀ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰ ਯਾਦ ਕਰਵਾਏ ਹਨ ਅਤੇ ਨਾਲ ਦੀ ਨਾਲ ਸਾਨੂੰ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੀ ਵੀ ਪ੍ਰੇਰਣਾ ਦਿੱਤੀ ਹੈ। ਅਸੀਂ ਜੋ ਵੀ ਕੁਝ ਕਰ ਰਹੇ ਹਾਂ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਅਸੀਂ ਕਰ ਰਹੇ ਹਾਂ। ਗੁਰਮੁਖਾਂ ਦੀ ਇਹ ਅਵਸਥਾ ਹੁੰਦੀ ਹੈ, ਕੀਤਾ ਕਰਨਾ ਸਰਬ ਰਜਾਈ, ਕਿਛੁ ਜੇ ਕਰ ਸਕੀਐ, ਆਪਣਾ ਕੀਤਾ ਕਿਛੁ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਉ
ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਖਾ ਹੈ ਜਿਉ ਭਾਵੈ ਤਿਵੈ ਬਖਸ਼। ਗੁਰਮੁਖ ਤੇ ਮਨਮੁਖ ਦੀ ਅਵਸਥਾ ਵਿੱਚ ਇਹੀ ਫਰਕ ਹੁੰਦਾ ਹੈ। ਗੁਰਮੁਖ ਇਹ ਆਖਦਾ ਹੈ ਮੈਂ ਜੋ ਵੀ ਕਰ ਰਿਹਾ ਹਾਂ ਉਸ ਗੁਰੂ ਪਰਮੇਸ਼ਰ ਅਤੇ ਪਾਰ ਬ੍ਰਹਮ ਪਰਮੇਸ਼ਰ ਦੀ ਕਿਰਪਾ ਦੁਆਰਾ ਕਰ ਰਿਹਾ ਹਾਂ। ਅਤੇ ਮਨਮੁਖ ਇਹ ਗੱਲ ਕਹਿੰਦਾ ਇਹ ਮੈਂ ਕਰ ਰਿਹਾ ਹਾਂ। ਮਨਮੁਖ ਹੰਕਾਰ ਵਿੱਚ ਮੈਂ ਕਹਿੰਦਾ ਅਤੇ ਗੁਰਮੁਖ ਤੂੰ ਤੂੰ ਆਖਦਾ ਹੈ, ਤੂੰ ਤੂੰ ਕਰਤਾ ਤੂੰ ਹੋਆ ਬੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੂੰ ਤਤ ਤੂੰ। ਇਹ ਗੁਰਮੁਖ ਦੀ ਅਵਸਥਾ ਹੈ। ਜਮੀਨ ਤੂੰ ਹੀ, ਜਮਾ ਤੂੰ ਹੀ, ਮਕੀ ਤੂੰ ਹੀ, ਮਕਾਨ ਤੂੰ ਹੀ, ਉਹਦੇ ਮੂੰਹ ਤੋਂ ਤੂੰ ਹੀ ਸ਼ਬਦ ਨਿਕਲੇਗਾ। ਅਤੇ ਜਿਹੜਾ ਮਨਮੁਖ ਬੰਦਾ ਉਹਦੇ ਮੁੱਖ ਤੋਂ ਮੈਂ ਸ਼ਬਦ ਨਿਕਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਗੁਰਮੁਖ ਬਣਾਉਣ ਦੇ ਲਈ ਇਹ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਸੀਂ ਕੁਛ ਵੀ ਕਰਦੇ ਹਾਂ ਤਾਂ ਇਹ ਸਮਝਣਾ ਚਾਹੀਦਾ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਸਭ ਕੁਝ ਕਰ ਰਹੇ ਹਾਂ। ਇਹਨਾਂ ਹੁਕਮ ਨੇ ਤੁਲੈ ਪਾਤਾ ਸੋ ਹੋਵੇ ਜੋ ਕਰੇ ਬਦਾਤਾ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦ੍ਰਿੜ ਕਰਵਾ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹ ਪ੍ਰਸਾਦ ਕਰੇ ਪੁੰਨ ਬਹੁ ਦਾਨ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਮਨ ਜਿਹ ਪ੍ਰਸਾਦ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਰੇ ਪੁੰਨ ਬਹੁ ਦਾਨ, ਤੂੰ ਬਹੁਤਾ ਪੁੰਨ ਦਾਨ ਕਰ ਰਿਹਾ ਹੈ। ਇਹਦਾ ਮਤਲਬ ਇਹ ਹੈ ਦਾਨ ਦੀ ਪ੍ਰਥਾ ਵੀ ਪ੍ਰਾਚੀਨ ਚੱਲੀ ਆ ਰਹੀ ਹੈ। ਸਿੱਖ ਧਰਮ ਦੇ ਵਿੱਚ ਦਸਵੰਧ ਦੀ ਮਰਯਾਦਾ ਹੈ। ਅਸੀਂ ਜੋ ਵੀ ਕਿਰਤ ਕਮਾਈ ਕਰਦੇ ਹਾਂ ਉਹਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਵਾਸਤੇ ਕੱਢਣਾ। ਉਸ ਦਸਵੰਧ ਦੀ ਮਾਇਆ ਦੇ ਨਾਲ ਅਸੀਂ ਗੁਰੂ ਘਰ ਦੀ ਸੇਵਾ ਕਰਨੀ, ਸ਼੍ਰੀ ਅਖੰਡ ਪਾਠ ਕਰਵਾ ਸਕਦੇ ਹਾਂ, ਸਹਿਜ ਪਾਠ ਕਰਵਾ ਸਕਦੇ ਹਾਂ, ਲੰਗਰ ਛਕਾ ਸਕਦੇ ਹਾਂ, ਕੜਾ ਪ੍ਰਸ਼ਾਦ ਦੀ ਦੇਗ ਵਿੱਚ ਹਿੱਸਾ ਪਾ ਸਕਦੇ ਹਾਂ, ਕੋਈ ਹੋਰ ਵੀ ਸੇਵਾ ਰੁਮਾਲਿਆਂ ਦੀ ਸੇਵਾ ਅਤੇ ਵਸਤਰਾਂ ਦੀ ਸੇਵਾ, ਚੰਦੋਆ ਸਾਹਿਬ ਦੀ ਸੇਵਾ, ਹਰ ਕਿਸਮ ਦੀ ਸੇਵਾ ਗੁਰੂ ਘਰ ਦੀ ਹੋਣੀ ਚਾਹੀਦੀ ਹੈ। ਦਸਵੰਧ ਦੀ ਮਾਇਆ ਗੁਰੂ ਦੀ ਅਮਾਨਤ ਹੈ। ਸੁਖਮਨੀ ਸਾਹਿਬ ਬਾਣੀ ਵਿੱਚ ਪਿੱਛੇ ਸਤਿਗੁਰੂ ਨੇ ਸਾਨੂੰ ਸਮਝਾਇਆ ਸੀ ਦਸ ਵਸਤੂ ਲਈ ਪਾਤਸ਼ਾਹ ਪਾਵੈ ਇੱਕ ਬਸ ਕਾਰਨ ਬਖੋਟ ਗੋ। ਦੇਖ ਲਓ ਅਸੀਂ ਸਤਿਗੁਰੂ ਦੇ ਪਾਸੋਂ ਦਸ ਚੀਜ਼ਾਂ ਮੰਗਦੇ ਹਾਂ। ਸਾਨੂੰ ਦੁੱਧ ਵੀ ਚਾਹੀਦਾ, ਪੁੱਤ ਵੀ ਚਾਹੀਦਾ, ਧਨ ਵੀ ਚਾਹੀਦਾ ਅਤੇ ਸਭ ਕੁਛ ਮੰਗ ਲੈਂਦੇ ਹਾਂ। ਘਰ ਕੀ ਗੀਹਣ ਚੰਗੀ ਜਾਂ ਧੰਨਾ ਲੈਣਾ ਅਤੇ ਇਹ ਵੀ ਅਸੀਂ ਮੰਗ ਲੈਂਦੇ ਹਾਂ।
ਪਰ ਜਦੋਂ ਦਸਵੰਧ ਦੀ ਵਾਰੀ ਆਉਂਦੀ ਹੈ ਉਸ ਵੇਲੇ ਅਸੀਂ ਗੁਰੂ ਨੂੰ ਦਸਵੰਧ ਦੇਣ ਲਈ ਵੀ ਤਿਆਰ ਨਹੀਂ ਹੁੰਦੇ। ਦਸ ਵਸਤੂ ਲਈ ਪਾਤਸ਼ਾਹ ਪਾਵੇ, ਦਸ ਚੀਜ਼ਾਂ ਲੈ ਕੇ ਉਹਨਾਂ ਨੂੰ ਅਸੀਂ ਪਿੱਛੇ ਪਾ ਰਹੇ ਹਾਂ, ਇਹਦਾ ਮਤਲਬ ਉਹਨੂੰ ਆਪਣੀਆਂ ਸਮਝ ਲੈਂਦੇ ਹਾਂ ਅਤੇ ਵਾਹਿਗੁਰੂ ਦੇ ਪਰਉਪਕਾਰ ਨੂੰ ਭੁੱਲ ਜਾਂਦੇ ਹਾਂ। ਇੱਕ ਬਸ ਕਾਰਨ ਸਤਿਗੁਰੂ ਨੇ ਆਖਿਆ ਸੀ ਦਸਾਂ ਵਿੱਚੋਂ ਇੱਕ ਮੈਨੂੰ ਦੇ ਦੇਣੀ, ਇੱਕ ਬਸ ਕਾਰਨ ਇੱਕ ਵਸਤੂ ਦੇ ਪਿੱਛੇ ਵਿਖੋੜ ਤੋਂ ਪਾਵੇ ਜਿਹੜੀ ਆਪਣੀ ਇਮਾਨਦਾਰੀ ਹੈ, ਦਿਲ ਦੀ ਸਫਾਈ ਹੈ, ਉਹਨੂੰ ਤੂੰ ਗੁਆ ਲੈਣਾ, ਆਪਣਾ ਵਿਸ਼ਵਾਸ ਆਪਣੀ ਪ੍ਰਤੀਤ ਗੁਆ ਲੈਣਾ, ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਵੰਧ ਦੀ ਮਰਯਾਦਾ ਸਿੱਖਾਂ ਵਾਸਤੇ ਚਲਾਈ ਹੈ, ਸਾਰੇ ਧਰਮਾਂ ਦੇ ਵਿੱਚ ਹੀ ਦਾਨ ਦੀ ਪ੍ਰਥਾ। ਪਰ ਸਤਿਗੁਰੂ ਕਹਿੰਦੇ ਨੇ ਗੁਰਸਿੱਖਾਂ ਤੋਂ ਦਸਵੰਧ ਗੁਰੂ ਨੂੰ ਦੇ ਜਾ, ਬਾਕੀ ਸਭ ਕੁਝ ਗੁਰੂ ਤੈਨੂੰ ਦੇ ਦੇਗਾ। ਹਜ਼ੂਰ ਕਹਿੰਦੇ ਨੇ ਜੇ ਆਪਾਂ ਕੋਈ ਪੂਰਨ ਦਾਨ ਵੀ ਕਰਦੇ ਹਾਂ ਉਹਦਾ ਹੰਕਾਰ ਨਾ ਕਰ ਲੈਣਾ, ਮਨੁੱਖ ਦੀ ਕਮਜ਼ੋਰੀ ਹੈ, ਜੇ ਕੋਈ ਚੰਗਾ ਕੰਮ ਵੀ ਕਰਦਾ ਹੈ ਉਹਦਾ ਵੀ ਹੰਕਾਰ ਕਰ ਲੈਂਦਾ। ਤੀਰਥ ਵਰਤਿਆਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਜੇ ਅਸੀਂ ਤੀਰਥ ਵਰਤ ਪੁੰਨ ਦਾਨ ਕਰਕੇ ਹੰਕਾਰ ਹੀ ਕਰਨਾ ਹੈ ਫਿਰ ਤੇ ਹਾਥੀ ਦੇ ਇਸ਼ਨਾਨ ਵਾਲੀ ਗੱਲ ਹੋ ਜਾਂਦੀ ਹੈ, ਕੀਤਾ ਕਦਰਿਆ ਸਾਰਾ ਬੇਕਾਰ ਹੋ ਜਾਂਦਾ। ਇਸ ਲਈ ਕਦੇ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ, ਇਹ ਸਮਝਣਾ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਸਾਰਾ ਕੁਝ ਕਰ ਰਹੇ ਹਾਂ। ਮਨ ਦੇ ਵਿੱਚ ਨਿਮਰਤਾ, ਹਲੀਮੀ, ਨਿਰਹੰਕਾਰਤਾ ਹੋਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਐ ਮਨਾ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਬਹੁਤਾ ਪੁੰਨ ਦਾਨ ਕਰ ਰਿਹਾ ਹੈ। ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਮਨਾ ਪੁੰਨ ਦਾਨ ਦੇ ਵਿੱਚ ਹੀ ਨਾ ਅਟਕਿਆ ਰਵੇ। ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਐ ਮਨ ਅੱਠੇ ਪਹਿਰ ਉਸ ਵਾਹਿਗੁਰੂ ਦਾ ਧਿਆਨ ਵੀ ਕਰਿਆ ਕਰ, ਭਾਵ ਤੇਰਾ ਧਿਆਨ ਅੱਠੇ ਪਹਿਰ ਉਸ ਵਾਹਿਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ। ਤੂੰ ਜਦੋਂ ਪੁੰਨ ਦਾਨ ਵੀ ਕਰਦਾ ਨਾ ਉਸ ਵੇਲੇ ਇਹ ਕਹਿਣਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਤੇ ਕਿਆ ਲੱਗਿਆ ਮੇਰਾ, ਇਹ ਵਾਹਿਗੁਰੂ ਜੀ ਮੇਰਾ ਤੇ ਕੁਝ ਹੈ ਹੀ ਨਹੀਂ, ਜੋ ਦਾਤਾਂ ਨੇ ਸਭ ਤੇਰੀਆਂ ਨੇ, ਤੇਰੀ ਕਿਰਪਾ ਦੇ ਨਾਲ ਤੇਰੀਆਂ ਬਖਸ਼ੀਆਂ ਦਾਤਾਂ ਅਸੀਂ ਤੈਨੂੰ ਭੇਟ ਕਰ ਰਹੇ ਹਾਂ। ਇਉਂ ਅੱਠੇ ਪੈਰ ਤੇਰਾ ਧਿਆਨ ਵਾਹਿਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਗਰੀਬਨਵਾਸ ਸਤਿਗੁਰੂ ਜੀ ਕਹਿੰਦੇ ਨੇ ਜੇ ਤੂੰ ਸੋਹਣਾ ਆਚਾਰ ਤੇ ਵਿਵਹਾਰ ਵੀ ਕਰ ਰਿਹਾ ਹੈ, ਆਚਾਰ ਤੋਂ ਪਾਵੇ ਜੀਵਨ ਕਰਤਾ, ਜੋ ਤੂੰ ਆਪਣੇ ਜੀਵਨ ਦੇ ਵਿੱਚ ਸ੍ਰੇਸ਼ਟ ਆਚਾਰ ਸਦਾਚਾਰ ਵੀ ਕਰ ਰਿਹਾ ਹੈ, ਇਹ ਵੀ ਸਮਝ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਰਹੀ ਹੈ। ਅਤੇ ਜੇ ਵਿਵਹਾਰੀ ਤੂੰ ਕਾਰ ਵਿਹਾਰ ਵੀ ਕਰਦਾ, ਕੋਈ ਬਿਜਨਸ ਵਪਾਰ ਵੀ ਕਰਦਾ, ਇਹ ਵੀ ਸਮਝ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਰਹੀ ਹੈ। ਕਦੇ ਭੁੱਲ ਕੇ ਵੀ ਹੰਕਾਰ ਨਾ ਕਰ ਲਵੇਂ ਕਿ ਮੈਂ ਆਪ ਹੀ ਆਚਾਰ ਅਤੇ ਵਿਵਹਾਰ ਕਰ ਰਿਹਾ ਹਾਂ,
ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ। ਇਹ ਸਮਝ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਚਾਰ ਸਦਾਚਾਰ ਜੀਵਨ ਦਾ ਸ਼ੁਭ ਆਚਰਣ ਅਤੇ ਸ਼ੁਭ ਕਰਤੱਵ ਕਰ ਰਿਹਾ ਹੈ ਅਤੇ ਦੁਨੀਆਂ ਦੇ ਕਾਰ ਵਿਵਹਾਰ ਕਰ ਰਿਹਾ ਹੈ। ਇਸ ਪ੍ਰਭ ਕਉ ਸਾਸ ਸਾਸ ਜਤਾਰੀ, ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਵਾਸ ਵਾਸ ਨਾਲ ਚੇਤੇ ਵੀ ਕਰਿਆ ਕਰ। ਇਹਦਾ ਮਤਲਬ ਇਹ ਹੈ ਕਿ ਆਚਾਰ ਅਤੇ ਵਿਵਹਾਰਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਨੂੰ ਭੁੱਲਣਾ ਜਾਣ। ਬਹੁਤੇ ਲੋਕਾਂ ਦਾ ਇਹ ਖਿਆਲ ਹੁੰਦਾ ਵੀ ਜਿਹੜੀ ਵਾਹਿਗੁਰੂ ਦੀ ਭਗਤੀ ਕਰਨੀ ਹੈ ਜਾਂ ਵਾਹਿਗੁਰੂ ਦਾ ਨਾਮ ਜਪਣਾ ਹੈ ਵੀ ਇਹ ਤਾਂ ਵਿਹਲੇ ਬੰਦਿਆਂ ਦਾ। ਜਿਸ ਬੰਦੇ ਨੇ ਕਾਰ ਵਿਵਹਾਰ ਕਰਨੇ ਨੇ ਉਹ ਬੰਦਾ ਕਿਵੇਂ ਨਾਮ ਜਪ ਸਕਦਾ, ਕਿਉਂਕਿ ਸਤਿਗੁਰੂ ਕਹਿੰਦੇ ਨੇ ਜਿਸ ਪ੍ਰਭ ਕੋ ਸਾਹ ਸਾਹ ਚਿਤਾਰੀ, ਸਵਾਹ ਸਵਾਸ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ। ਜਿਹੜੇ ਬੰਦੇ ਨੇ ਕੰਮ ਕਰ ਉਹ ਸੋਚਦਾ ਹੈ ਵੀ ਕੰਮ ਕਰਾਂ ਕਿ ਵਾਹਿਗੁਰੂ ਦਾ ਸਿਮਰਨ ਕਰਾਂ। ਇੱਕੋ ਸਮੇਂ ਦੋ ਕੰਮ ਤਾਂ ਹੋ ਨਹੀਂ ਸਕਦੇ। ਬਹੁਤੇ ਲੋਕਾਂ ਦਾ ਇਹ ਵੀ ਭਰਮ ਹੈ, ਉਹ ਕਹਿੰਦੇ ਨੇ ਹਾਲੇ ਬਥੇਰੀ ਉਮਰ ਪਈ ਹੈ, ਕੋਈ ਗੱਲ ਨਹੀਂ ਜਦੋਂ ਬੁੱਢੇ ਹੋ ਗਏ 65-70 ਸਾਲ ਦੇ ਹੋ ਗਏ ਪੈਨਸ਼ਨ ਲੱਗ ਜਾਵੇਗੀ ਫਿਰ ਵਿਹਲੇ ਹੋ ਕੇ ਨਾਮ ਜਪਾਂਗੇ। ਇਹ ਬੰਦੇ ਸੋਚੀ ਬੈਠੇ ਨੇ ਅਤੇ ਕਈ ਲੋਕ ਤਾਂ ਇੱਥੋਂ ਤੱਕ ਵੀ ਸੋਚੀ ਬੈਠੇ ਨੇ ਵੀ ਜਦੋਂ ਇੱਕ ਪੈਰ ਕਬਰ ਦੇ ਵਿੱਚ ਪਿਆ ਅਤੇ ਇੱਕ ਪੈਰ ਬਾਹਰ ਰਹਿ ਗਿਆ ਵੀ ਉਸ ਵੇਲੇ ਰੱਬ ਨੂੰ ਯਾਦ ਕਰਨ ਦਾ ਸਮਾਂ ਹੁੰਦਾ ਵੀ ਆਉਂਦੇ ਸਮੇਂ ਰੱਬ ਨੂੰ ਚੇਤੇ ਕਰਨਾ ਚਾਹੀਦਾ। ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜਦੋਂ ਆਉਂਦਾ ਸਮਾਂ ਆ ਜਾਂਦਾ ਉਸ ਵੇਲੇ ਤਾਂ ਕੁਛ ਵੀ ਨਹੀਂ ਹੋ ਸਕਦਾ। ਫਿਰ ਕੀ ਹੁੰਦਾ, ਚਲੋ ਸ਼ਤਾਬ ਦੀ ਮਾਨ ਬੁਲਾਇਆ, ਹਰ ਪੁਰਮਾਨ ਦਰਗਹਿ ਕਾ ਆਇਆ, ਚਲੋ ਸ਼ਤਾਬ। ਉਸ ਵੇਲੇ ਜਮਦੂਰ ਦੀ ਗੱਲ ਆਖਦੇ ਨੇ ਭਾਈ ਛੇਤੀ ਚੱਲ, ਤੈਨੂੰ ਹੁਣੇ ਜਾਣਾ ਪਵੇਗਾ, ਹਥਲਾ ਕੁਛ ਛੱਡਣਾ ਪਵੇਗਾ, ਚਾਹੇ ਮੂਹਰੇ ਭੋਜਨ ਵੀ ਪਰੋਸ ਕੇ ਰੱਖਿਆ ਹੋਵੇ, ਗਰਾਹੀ ਖਾਣ ਦਾ ਵੀ ਹੁਕਮ ਨਹੀਂ ਹੁੰਦਾ, ਸਭ ਕੁਛ ਛੱਡ ਕੇ ਭੱਜਣਾ ਪੈਂਦਾ। ਚਲੋ ਸ਼ਤਾਬ ਛੇਤੀ ਚੱਲ, ਤੈਨੂੰ ਕਚਹਿਰੀ ਵਿੱਚ, ਰੱਬ ਦੀ ਕਚਹਿਰੀ ਵਿੱਚ ਬੁਲਾਇਆ ਗਿਆ ਹੈ, ਹਰ ਪੁਰਮਾਨ ਦਰਗਹਿ ਕਾ ਆਇਆ, ਕਿਉਂਕਿ ਇਹ ਰੱਬੀ ਫੁਰਮਾਨ ਦਰਗਾਹ ਤੋਂ ਆਇਆ ਹੋਇਆ, ਇਸ ਨੂੰ ਕੋਈ ਮੋੜ ਨਹੀਂ ਸਕਦਾ। ਉਸ ਵੇਲੇ ਕੁਛ ਨਹੀਂ ਹੋਣਾ, ਇਹ ਕਿਹੜੇ ਰਾਹੀ ਜੰਮਣ ਨਾਹੀਂ ਪਛਤਾਣੇ ਸੇ ਪਰ, ਹੁਣ ਦੇ ਬੀਜ ਬੀਜੇ ਉੱਗਣਗੇ ਨਹੀਂ, ਜੇ ਬੀਜ ਪਹਿਲਾਂ ਬੀਜਿਆ ਹੋਵੇ ਫਿਰ ਉੱਗਦਾ, ਜੇ ਆਖੇ ਵੀ ਹੁਣੇ ਬੀਜ ਬੀਜ ਕੇ ਮੈਂ ਵੱਢ ਲਵਾਂ, ਇਹ ਗੱਲ ਨਹੀਂ ਹੋ ਸਕਦੀ। ਗੁਰੂ ਘਰ ਦੇ ਵੇਦ ਵਿਆਸ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਸਾਨੂੰ ਬਹੁਤ ਸੁੰਦਰ ਸਿੱਖਿਆ ਬਖਸ਼ੀ। ਜਿਹੜੇ ਲੋਕ ਇਹ ਗੱਲ ਆਖਦੇ ਨੇ ਨਾ, ਕੋਈ ਨਹੀਂ ਹਾਲੇ ਬਥੇਰੀ ਉਮਰ ਪਈ ਹੈ, ਵੀ ਆਉਂਦੇ ਸਮੇਂ ਰੱਬ ਨੂੰ ਯਾਦ ਕਰ ਲਵਾਂਗੇ, ਕਿਉਂਕਿ ਇਹ ਵੀ ਤਾਂ ਲਿਖਿਆ ਹੋਇਆ ਨਾ, ਇੱਕ ਚਿੱਤ ਜੇ ਇੱਕ ਸ਼ਿਮ 'ਤੇ ਆਇਓ ਕਾਲ ਪਾਸ ਕੇ ਬੀਚ ਨਾ ਆਇਓ, ਵੀ ਜਿਹੜਾ ਆਉਂਦੇ ਸਮੇਂ ਵੀ ਰੱਬ ਨੂੰ ਯਾਦ ਕਰ ਲਵੇ ਉਹ ਕਾਲ ਦੀ ਫਾਹੀ ਤੋਂ ਬਚ ਜਾਂਦਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੈਸੇ ਕਰਨ ਲੱਗੇ ਆਗ, ਜਾ ਕੂਆ ਖੁਦ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈ। ਹੁਣ ਘਰ ਨੂੰ ਅੱਗ ਲੱਗ ਜਾਵੇ, ਕੋਈ ਆਦਮੀ ਆਪਣੇ ਘਰ ਦੇ ਸੁੱਤਾ ਪਿਆ, ਗੁਆਂਢੀਆਂ ਨੇ ਰੌਲਾ ਪਾਇਆ, ਉਹ ਤੇਰੇ ਘਰ ਨੂੰ ਅੱਗ ਲੱਗ ਗਈ,
ਉੱਠ ਇਹਨੂੰ ਬੁਝਾ। ਉਸ ਵੇਲੇ ਸੁੱਤਾ ਪਿਆ ਆਦਮੀ ਘਰ ਦਾ ਮਾਲਕ ਹੀ ਆਖੇ ਵੀ ਕੋਈ ਗੱਲ ਨਹੀਂ, ਹੁਣ ਮੈਂ ਖੂਹ ਪੱਟਾਂਗਾ ਅਤੇ ਖੂਹ ਪੱਟ ਕੇ ਪਾਣੀ ਕੱਢਾਂਗਾ ਅਤੇ ਫਿਰ ਮੈਂ ਆਪਣੀ ਘਰ ਦੀ ਅੱਗ ਨੂੰ ਬੁਝਾ ਲਵਾਂਗਾ। ਅੱਗ ਤਾਂ ਹੁਣ ਲੱਗੀ ਹੋਈ ਹੈ, ਕਦੋਂ ਖੂਹ ਪੱਟਿਆ, ਕਦੋਂ ਪਾਣੀ ਕੱਢਿਆ, ਕਿਵੇਂ ਅੱਗ ਨੂੰ ਬੁਝਾ ਸਕੇਗਾ? ਇਹ ਗੱਲ ਕਦੀ ਹੋ ਸਕਦੀ ਹੈ? ਇਹ ਗੱਲ ਅਸੰਭਵ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਕਰ ਲਾਗੈ ਆਗ, ਜਾਗ ਕੂਆ ਖੋਦੋ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਜੋ ਕੰਮ ਕਰਨਾ ਉਹਦੀ ਤਿਆਰੀ ਪਹਿਲਾਂ ਹੋਣੀ ਚਾਹੀਦੀ ਹੈ। ਜੇ ਅੱਗ ਨੂੰ ਬੁਝਾਉਣਾ ਹੈ, ਪਾਣੀ ਦਾ ਇੰਤਜ਼ਾਮ ਪਹਿਲਾਂ ਸਾਡੇ ਕੋਲ ਹੋਵੇ, ਫਿਰ ਅੱਗ ਨੂੰ ਬੁਝਾਇਆ ਜਾ ਸਕਦਾ। ਦੂਜੀ ਉਦਾਹਰਣ ਦਿੰਦੇ ਨੇ, ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ, ਅੰਤਾ ਉਦੋਂ ਜੈਦ ਪਦਵੀ ਨਾ ਪਾਈਏ। ਇੱਕ ਪਾਸੇ ਲੜਾਈ ਸ਼ੁਰੂ ਹੋ ਗਈ ਹੋਵੇ, ਫੌਜਾਂ ਆਹਮੋ ਸਾਹਮਣੇ ਲੜ ਰਹੀਆਂ ਹੋਣ, ਉਸ ਵੇਲੇ ਕੋਈ ਆਦਮੀ ਇਹ ਗੱਲ ਆਖੇ ਵੀ ਹੁਣ ਮੈਂ ਸ਼ਸਤਰ ਵਿੱਦਿਆ ਸਿੱਖਾਂਗਾ, ਹੁਣ ਮੈਂ ਤਲਵਾਰ ਚਲਾਉਣੀ ਸਿੱਖਾਂਗਾ, ਬੰਦੂਕ ਚਲਾਉਣੀ ਸਿੱਖਾਂਗਾ, ਤੀਰ ਕਮਾਨ ਚਲਾਉਣਾ ਸਿੱਖਾਂਗਾ, ਫਿਰ ਮੈਂ ਦੁਸ਼ਮਣ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰਾਂਗਾ। ਲੜਾਈ ਤਾਂ ਸ਼ੁਰੂ ਹੈ, ਕਦੋਂ ਸ਼ਸਤਰ ਵਿੱਦਿਆ ਸਿੱਖੀ, ਕਦੋਂ ਨਿਸ਼ਾਨੇਬਾਜ਼ੀ ਸਿੱਖੀ, ਕਦੋਂ ਗੱਤਕਾ ਸਿੱਖਿਆ, ਕਦੋਂ ਹਥਿਆਰ ਚਲਾਉਣੇ ਸਿੱਖੇ, ਇਹ ਤਿਆਰੀ ਪਹਿਲਾਂ ਚਾਹੀਦੀ। ਜੰਗ ਦੇ ਸਮੇਂ ਤਿਆਰੀ ਨਹੀਂ ਹੁੰਦੀ, ਜੰਗ ਤੋਂ ਪਹਿਲਾਂ ਤਿਆਰੀ ਚਾਹੀਦੀ ਹੈ। ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ, ਅੰਤਾ ਉਦੋਂ ਜੈਦ ਪਦਵੀ ਨਾ ਪਾਈਏ। ਜੈਸੇ ਨੇ ਸੋਭਤ ਸੰਗਾਤੀ ਚੱਲ ਜਾਹੇ ਪਾਸੇ, ਜਿਵੇਂ ਕੋਈ ਰਾਤ ਨੂੰ ਕੋਈ ਰਾਹੀ ਮੁਸਾਫਰ ਸਫ਼ਰ ਕਰਦਿਆਂ ਹੋਇਆਂ ਸੌਂ ਜਾਂਦੇ ਨੇ। ਹੋਰ ਪਏ ਬਾਂਧੇ ਪਰ ਕਹੋ ਕੱਥ ਜਾਈਏ, ਅਤੇ ਹੁਣ ਜਿਹੜੇ ਨਾਲ ਦੇ ਸਾਥੀ ਨੇ ਉਹ ਸੁਬਾਹ ਸਾਂਝੇ ਉੱਠ ਕੇ ਉੱਥੋਂ ਚੱਲ ਪਏ ਨੇ। ਹੁਣ ਕੋਈ ਆਲਸੀ ਆਦਮੀ, ਦਲਿੱਦਰੀ ਆਦਮੀ ਸੁੱਤਾ ਪਿਆ ਹੈ, ਨਾਲ ਦੇ ਸਾਥੀ ਕੂਚ ਕਰ ਗਏ ਨੇ, ਉਹ ਪਿੱਛੋਂ ਸਵੇਰੇ ਉੱਠ ਕੇ ਦਿਨ ਚੜ੍ਹੇ ਆ ਕੇ ਮੈਂ ਹੁਣ ਉਹਨਾਂ ਦੇ ਨਾਲ ਰਲ ਜਾਵਾਂਗਾ। ਜੇ ਤਾਂ ਉਹਨਾਂ ਦੇ ਨਾਲ ਉੱਠ ਕੇ ਤੁਰ ਪੈਂਦਾ, ਫਿਰ ਤਾਂ ਉਹਨਾਂ ਦੇ ਨਾਲ ਮੰਜ਼ਿਲ 'ਤੇ ਪਹੁੰਚ ਸਕਦਾ ਸੀ, ਅਤੇ ਜੇ ਉੱਠਿਆ ਹੀ ਨਹੀਂ, ਉਹਨਾਂ ਨਾਲ ਤੁਰਿਆ ਹੀ ਨਹੀਂ, ਹੁਣ ਸਵੇਰੇ ਭਾਰ ਬੰਨ ਕੇ ਆ ਕੇ ਮੈਂ ਉਹਨਾਂ ਦੇ ਬਰਾਬਰ ਮੰਜ਼ਿਲ 'ਤੇ ਪਹੁੰਚ ਜਾਵਾਂਗਾ, ਕਦੀ ਨਹੀਂ ਪਹੁੰਚ ਸਕਦਾ। ਅਖੀਰ 'ਤੇ ਦਾਰਸ਼ਾਂ ਵਿੱਚ ਭਾਈ ਸਾਹਿਬ ਲਿਖਦੇ ਨੇ, ਤੈਸੇ ਮਾਇਆ ਤੰਦ ਅੰਧ ਅਵਧ ਬਿਹਾਏ ਜਾਏ, ਅੰਧ ਬਾਰ ਕੈਸੀ ਹਰ ਨਾਮ ਲੇ ਬੁਲਾਈ। ਇਸੇ ਤਰ੍ਹਾਂ ਮਾਇਆ ਦੇ ਅੰਨੇ ਧੰਦਿਆਂ ਦੇ ਵਿੱਚ ਸਾਡੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ, ਅਤੇ ਫਿਰ ਅੰਤ ਸਮੇਂ ਕੋਈ ਆ ਕੇ ਵੀ ਹੁਣ ਮੈਂ ਵਾਹਿਗੁਰੂ ਦੇ ਨਾਲ ਚਿਤ ਵਿਰਤੀ ਨੂੰ ਜੋੜ ਲਵਾਂਗਾ, ਵੀ ਉਹਦੀ ਬੰਦਗੀ ਕਰਕੇ ਮੈਂ ਬੰਦ ਖਲਾਸੀ ਹਾਸਲ ਕਰ ਲਵਾਂਗਾ, ਉਹਦੀ ਇਹ ਸਦਰ ਕਿਵੇਂ ਪੂਰੀ ਹੋ ਸਕਦੀ ਹੈ? ਕਦੀ ਵੀ ਨਹੀਂ ਹੋ ਸਕਦੀ। ਇਸ ਲਈ ਤਿਆਰੀ ਪਹਿਲਾਂ ਚਾਹੀਦੀ ਹੈ। ਹੁਣ ਜਦੋਂ ਕਿਸੇ ਨੇ ਜੰਗ ਦੇ ਵਿੱਚ ਜੂਝਣਾ ਹੋਵੇ, ਜੰਗ ਦੇ ਵਿੱਚ ਦੁਸ਼ਮਣ ਦੇ ਨਾਲ ਲੜਾਈ ਕਰਨੀ ਹੋਵੇ, ਪਹਿਲਾਂ ਤਿਆਰੀ ਦੀ ਲੋੜ ਹੁੰਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਵੇਖ, ਮਨਾਂ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਚਾਰ ਜੀਵਨ ਦੇ ਸ਼ੁਭ ਕਰਤੱਵ ਕਰ ਰਿਹਾ ਹੈ, ਅਤੇ ਨਾਲ ਦੁਨੀਆਂ ਦੇ ਕਾਰ ਵਿਹਾਰ ਵੀ ਕਰ ਰਿਹਾ ਹੈ, ਅਤੇ ਉਸ ਵਾਹਿਗੁਰੂ ਨੂੰ ਸਵਾਹ ਸਵਾਹ ਚੇਤੇ ਵੀ ਕਰਿਆ ਕਰ। ਹੁਣ ਇੱਕ ਸਵਾਲ ਹੈ ਕਿ ਕੰਮ ਕਰਦਿਆਂ ਵੀ ਵਾਹਿਗੁਰੂ ਨੂੰ ਚੇਤੇ ਕੀਤਾ ਜਾ ਸਕਦਾ?
ਹਾਂ, ਸਤਿਗੁਰੂ ਦੀ ਬਾਣੀ ਸਾਨੂੰ ਇਹ ਯੁਕਤੀ ਦੱਸਦੀ ਹੈ। ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੋਨੋਂ ਮਿੱਤਰ ਸਨ ਅਤੇ ਸਮਕਾਲੀ ਭਗਤ ਵੀ ਸਨ। ਇੱਕ ਦਿਨ ਤ੍ਰਿਲੋਚਨ ਭਗਤ ਜੀ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਏ ਅਤੇ ਨਾਮਦੇਵ ਜੀ ਆਪਣੀ ਕਿਰਤ ਵਿੱਚ ਮਸ਼ਰੂਫ ਸਨ। ਤ੍ਰਿਲੋਚਨ ਭਗਤ ਜੀ ਨੇ ਵਿਅੰਗ ਕਸਿਆ, ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲ ਰਾਮ ਨਾ ਲਾਵੋ ਚੀ। ਉਹ ਭਗਤ ਨਾਮਦੇਵ, ਮੈਂ ਤਾਂ ਸੁਣਿਆ ਸੀ ਤੂੰ ਰੱਬ ਦਾ ਭਗਤ ਹੈ ਵੀ ਅੱਠੇ ਪਰ ਨਾਮ ਜਪਦਾ ਹੋਵੇਗਾ, ਪਰ ਮੈਂ ਤੇ ਤੈਨੂੰ ਕਿਰਤ ਵਿੱਚ ਲੱਗਿਆ ਦੇਖ ਕੇ ਹੈਰਾਨ ਹੋ ਗਈ। ਤੂੰ ਨਾਮ ਕਿਵੇਂ ਜਪ ਸਕਦਾ, ਤੂੰ ਤੇ ਕੰਮਾਂ ਕਾਰਾਂ ਦੇ ਵਿੱਚ ਰੁੱਝਿਆ ਹੋਇਆ। ਅੱਗੋਂ ਭਗਤ ਨਾਮਦੇਵ ਜੀ ਨੇ ਫਿਰ ਜੋ ਜਵਾਬ ਦਿੱਤਾ ਉਹ ਕਾਬਲੇ ਗੌਰ ਹੈ, ਉਸ ਪਾਸੇ ਤਵੱਜੋ ਦੇਣ ਦੀ ਲੋੜ ਹੈ। ਭਗਤ ਨਾਮਦੇਵ ਜੀ ਨੇ ਅੱਗੋਂ ਆਖਿਆ, ਨਾਮਾ ਕਹਿ ਤਲੋਚਨਾ ਮੁਕਤੇ ਰਾਮ ਸੰਭਾਲ, ਨਾਮਾ ਕਹਿ ਤਲੋਚਨਾ ਮੁਕਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਕੀਤ ਨਿਰੰਜਨ ਨਾਲ। ਨਾਮਦੇਵ ਜੀ ਕਹਿਣ ਲੱਗੇ, ਤਰਲੋਚਨ ਜੀ ਧਿਆਨ ਨਾਲ ਸੁਣ, ਨਾਮਾ ਕਹਿ ਤਲੋਚਨਾ ਮੁਕਤੇ ਰਾਮ ਸੰਭਾਲ, ਕੰਮ ਤਾਂ ਹੱਥਾਂ ਨਾਲ ਕਰਨਾ ਹੈ ਅਤੇ ਮੁੱਖੋਂ ਵਾਹਿਗੁਰੂ ਜਪ ਸਕਦੀ ਹੈ, ਜਪਣਾ ਚਾਹੀਦਾ, ਹੱਥਾਂ ਨਾਲ ਕੰਮ ਕਰੀ ਜਾਓ ਕਿ ਰਸਨਾ ਤੋਂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ। ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਦੇ ਨਾਲ ਕੰਮ ਕਰ ਸਕਦੇ ਹੋ, ਸਾਰੀ ਦੁਨੀਆ ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦੀ ਹੈ। ਭਗਤ ਜੀ ਕਹਿੰਦੇ, ਹੱਥਾਂ ਪੈਰਾਂ ਦੇ ਨਾਲ ਕੰਮ ਕਾਰ ਕਰਦੇ ਰਹੋ ਚੀਤ ਨਿਰੰਜਨ ਨਾਲ, ਪਰ ਆਪਣੇ ਚਿੱਤ ਨੂੰ ਵਾਹਿਗੁਰੂ ਨਾਲ ਜੋੜ ਕੇ ਰੱਖੋ। ਹੱਥ ਕਾਰਵਾ ਦਿਲ ਕਰਤਾਰਵਾ, ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਵੀ ਹੱਥ ਕਾਰਵਾ ਦਿਲ ਕਰਤਾਰਵਾ ਜੋੜ ਕੇ ਰੱਖਣਾ ਚਾਹੀਦਾ। ਇਹ ਨੇ ਵੀ ਕੰਮ ਛੱਡ ਕੇ ਹੀ ਅਸੀਂ ਨਾਮ ਜਪਣਾ, ਕੰਮ ਕਰਦਿਆਂ ਵੀ ਅਸੀਂ ਨਾਮ ਜਪ ਸਕਦੇ ਹਾਂ। ਇੱਕ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸਾਖੀ ਸੁਣਾਉਂਦੇ ਸਨ, ਇਹ ਕੋਈ ਨੌਜਵਾਨ ਮਹਾਤਮਾ ਦੀ ਸੰਗਤ ਕਰਨ ਲੱਗੇ ਅਤੇ ਮਹਾਤਮਾ ਹਮੇਸ਼ਾ ਇਹੀ ਆਖਿਆ ਕਰਨ ਵੀ ਨਾਮ ਜਪਣਾ ਚਾਹੀਦਾ, ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ। ਉਹ ਨੌਜਵਾਨ ਸੁਣਿਆ ਕਰੇ ਕਿ ਪਰ ਨਾਲ ਹੀ ਮਹਾਂਪੁਰਖਾਂ ਨੂੰ ਆਖਿਆ ਕਰੇ, ਮਹਾਰਾਜ ਵੀ ਜਦੋਂ ਕੰਮ ਕਾਜ ਤੋਂ ਫੁਰਸਤ ਮਿਲੇਗੀ, ਜਦੋਂ ਕਿਤੇ ਵਿਹਲਾ ਹੋਵਾਂਗਾ, ਫਿਰ ਵਾਹਿਗੁਰੂ ਦਾ ਨਾਮ ਜਪਾਂਗਾ, ਫਿਰ ਵਾਹਿਗੁਰੂ ਦੀ ਬੰਦਗੀ ਕਰਾਂਗਾ। ਮਹਾਂਪੁਰਖ ਕਹਿਣ ਲੱਗੇ, ਭਾਈ ਕੰਮ ਕਾਰ ਕਰਦਿਆਂ ਜਿੰਨਾ ਵੀ ਨਾਮ ਜਪਿਆ ਜਾਂਦਾ, ਬਾਣੀ ਪੜ੍ਹੀ ਜਾਂਦੀ ਹੈ, ਪੜ੍ਹਨੀ ਚਾਹੀਦੀ। ਪਰ ਕਹਿੰਦਾ, ਨਹੀਂ ਮਹਾਰਾਜ, ਇਸ ਸਲਜਗਨ ਦੇ ਵਿੱਚ ਸਵਾਦ ਜਾਣੀ ਹੋ। ਮਹਾਂਪੁਰਖ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਸਮਝਾਉਣ ਦੇ ਤਰੀਕੇ ਹੁੰਦੇ ਨੇ। ਮਹਾਂਪੁਰਖਾਂ ਨੇ ਉਸ ਨੌਜਵਾਨ ਸੇਵਾਦਾਰ ਨੂੰ ਆਖਿਆ, ਕਹਿਣ ਲੱਗੇ, ਭਲਿਆ ਲੋਕਾਂ ਜਲ ਲੈ ਕੇ, ਅਸੀਂ ਜਲ ਛਕਣਾ ਹੈ। ਉਹ ਗੜਵਾ ਲੈ ਕੇ, ਪੁਰਾਣੇ ਸਮੇਂ ਵਿੱਚ ਹਲਟ ਹੁੰਦੇ ਸਨ, ਹਲਟ ਵਗ ਰਿਹਾ ਸੀ, ਉੱਥੇ ਪਾਣੀ ਭਰਨ ਵਾਸਤੇ ਚਲਿਆ ਗਿਆ। ਅਤੇ ਜਦੋਂ ਉਹ ਨੌਜਵਾਨ ਪਾਣੀ ਭਰਨ ਵਾਸਤੇ ਗਿਆ, ਉਸ ਖੂਹ ਦੇ ਉੱਤੇ ਇਹ ਕੋਈ ਬੀਬੀ ਕੱਪੜੇ ਧੋ ਰਹੀ ਸੀ, ਅਤੇ ਹੁਣ ਆੜ ਦੇ ਵਿੱਚ ਜਿਹੜਾ ਪਾਣੀ ਸੀ ਸਾਬਣ ਵਾਲਾ ਸੀ, ਹੁਣ ਉਹ ਜਦੋਂ
ਬੀਬੀ ਕੱਪੜੇ ਧੋ ਰਹੇ ਸੀ, ਸੇਵਾਦਾਰ ਖਲੋ ਗਿਆ ਵੀ ਇਹ ਬੀਬੀ ਕੱਪੜੇ ਧੋ ਲਵੇ, ਉਸ ਤੋਂ ਬਾਅਦ ਫਿਰ ਮੈਂ ਜਲ ਭਰਾਂਗਾ ਅਤੇ ਸਵੱਛ ਜਲ ਭਰ ਕੇ ਖੂਹ ਦਾ ਫਿਰ ਮੈਂ ਮਹਾਂਪੁਰਖਾਂ ਨੂੰ ਛਕਾਵਾਂਗਾ। ਬੀਬੀ ਕੱਪੜੇ ਧੋਈ ਜਾ ਰਹੀ ਸੀ, ਉਸ ਵੇਲੇ ਕਰਸਾਲਦਾਰ ਆ ਗਿਆ ਅਤੇ ਘੋੜ ਸਵਾਰ ਆ ਗਿਆ ਅਤੇ ਘੋੜ ਸਵਾਰ ਦਾ ਘੋੜਾ ਪਿਆਸਾ ਸੀ ਅਤੇ ਉਹਨੇ ਸੋਚਿਆ ਮੈਂ ਘੋੜੇ ਨੂੰ ਪਾਣੀ ਪਿਆ ਲਵਾਂ। ਜਦੋਂ ਉਹ ਖੂਹ ਦੀ ਆੜ ਦੇ ਕੋਲ ਜਿੱਥੇ ਪਾਣੀ ਵਗ ਰਿਹਾ ਸੀ ਖਾਲ ਦੇ ਕੋਲ ਘੋੜੇ ਨੂੰ ਲੈ ਕੇ ਆਇਆ ਅਤੇ ਹੁਣ ਘੋੜੇ ਨੂੰ ਉਸਨੇ ਇਸ਼ਾਰਾ ਕੀਤਾ ਵੀ ਪਾਣੀ ਪੀ, ਅਤੇ ਜਦੋਂ ਪਾਣੀ ਪੀਣ ਦਾ ਇਸ਼ਾਰਾ ਕੀਤਾ ਅਤੇ ਘੋੜੇ ਨੇ ਪਾਣੀ ਨੂੰ ਸੁੰਘਿਆ ਪਰ ਪੀਤਾ, ਕਿਉਂ? ਉਸ ਪਾਣੀ ਵਿੱਚ ਸਾਬਣ ਦੀ ਸਮੈਲ ਆ ਰਹੀ ਸੀ, ਘੋੜੇ ਨੇ ਪਾਣੀ ਨਾ ਪੀਤਾ। ਚਲੋ ਕੁਛ ਸਮਾਂ ਸਵਾਰ ਵੀ ਰੁਕ ਗਿਆ, ਉਹ ਸੇਵਾਦਾਰ ਵੀ ਖੜ੍ਹਾ ਅਤੇ ਘੋੜਾ ਸਵਾਰ ਵੀ ਖੜ੍ਹਾ ਅਤੇ ਫਿਰ ਬੀਬੀ ਨੇ ਸੋਚਿਆ ਵੀ ਮੈਂ ਹੁਣ ਛੇਤੀ ਕਰਾਂਗਾ। ਉਸ ਬੀਬੀ ਨੇ ਫਟਾਫਟ ਕੱਪੜੇ ਧੋ ਕੇ ਅਤੇ ਫਿਰ ਉਹ ਘਰ ਨੂੰ ਚਲੀ ਗਈ। ਉਸ ਤੋਂ ਬਾਅਦ ਸੇਵਾਦਾਰ ਕਹਿਣ ਲੱਗਾ ਘੋੜਾ ਸਵਾਰ ਨੂੰ, ਪਹਿਲਾਂ ਤੂੰ ਆਪਣੇ ਘੋੜੇ ਨੂੰ ਜਸ਼ ਕਰਾ ਲੈ, ਮੈਂ ਬਾਅਦ ਵਿੱਚ ਪਾਣੀ ਦਾ ਗੜਵਾ ਭਰ ਲਵਾਂਗਾ। ਹੁਣ ਘੋੜਾ ਸਵਾਰ ਜਦੋਂ ਹਲਟ ਦੇ ਕੋਲ ਘੋੜੇ ਨੂੰ ਲੈ ਕੇ ਗਿਆ ਅਤੇ ਉਹਨੂੰ ਸਾਫ਼ ਪਾਣੀ ਪਿਆਵਾਂ, ਉਸ ਵੇਲੇ ਘੋੜੇ ਦੇ ਨਾਲ ਇੱਕ ਤੁੱਕਾ ਲੱਗਿਆ ਹੁੰਦਾ ਸੀ, ਕਈ ਉਸਨੂੰ ਕੁੱਤਾ ਵੀ ਕਹਿ ਦਿੰਦੇ ਨੇ। ਉਹ ਜਦੋਂ ਕੋਈ ਹਲਟ ਖੜਾਉਣਾ ਹੁੰਦਾ ਪਿੱਛੇ ਨੂੰ ਨਾ ਗੰਧਲ ਰੁੜ ਜਾਵੇ ਅਤੇ ਉਹਨੂੰ ਰੋਕਣ ਵਾਸਤੇ ਬ੍ਰੇਕ ਹੁੰਦੀ ਸੀ। ਹੁਣ ਉਹ ਜਦੋਂ ਹਲਟ ਚੱਲਦਾ ਸੀ ਟਰਕ ਟਰਕ ਦੀ ਆਵਾਜ਼ ਆਉਂਦੀ ਸੀ ਅਤੇ ਜਦੋਂ ਉਹ ਘੋੜਾ ਪਾਣੀ ਪੀਣ ਲੱਗਿਆ ਕਰੇ ਉਹ ਤੁੱਕੇ ਦੀ ਆਵਾਜ਼ ਟਕ ਟਕ ਦੀ ਉਹਦੇ ਕੰਨਾਂ ਵਿੱਚ ਪਵੇ, ਉਹ ਤੜਪ ਗਿਆ ਕਰੇ ਪਾਣੀ ਨਾ ਪੀ। ਜਦੋਂ ਫਿਰ ਪਾਣੀ ਪੀਣ ਲੱਗਿਆ ਕਰੇ ਟਕ ਟਕ ਦੀ ਆਵਾਜ਼ ਉਸ ਕੰਨਾਂ ਦੇ ਵਿੱਚ ਪਵੇ, ਉਸੇ ਵੇਲੇ ਫਿਰ ਉਹ ਪਾਣੀ ਪੀਣੋਂ ਹਟ ਜਾ ਕਰੇ। ਜਿਹੜਾ ਘੋੜਾ ਸਵਾਰ ਸੀ ਉਹ ਸਾਲਦਾਰ ਕਹਿਣ ਲੱਗਾ ਇਹ ਟਕ ਟਕ ਤਾਂ ਹੋ ਹੀ ਜਾਣੀ, ਪਾਣੀ ਪੀਣਾ ਅਤੇ ਪੀ ਲੈਣੇ ਪਿਆਸਾ ਮਰੇਗਾ। ਜਦੋਂ ਇੰਨੀ ਗੱਲ ਆ ਕਿ ਘੋੜੇ ਨੇ ਪਾਣੀ ਪੀ ਲਿਆ, ਹੁਣ ਕਿਉਂਕਿ ਜਿਹੜੇ ਪਸ਼ੂ ਦੇ ਮਾਲਕ ਦੀ ਭਾਸ਼ਾ ਨੂੰ ਸਮਝਦੇ ਨੇ, ਹੁਣ ਜਦੋਂ ਉਸਨੇ ਆਖਿਆ ਨਹੀਂ ਤਾਂ ਪਿਆਸਾ ਮਰੇਗਾ ਪਾਣੀ ਪੀ ਲੈ, ਇਹ ਟਕ ਟਕ ਤਾਂ ਹੁੰਦੀ ਰਹਿਣੀ। ਇਹ ਗੱਲ ਸੁਣ ਕੇ ਘੋੜੇ ਨੇ ਪਾਣੀ ਪੀ ਲਿਆ ਅਤੇ ਘੋੜਾ ਸਵਾਰ ਵੀ ਚੱਲਿਆ ਗਿਆ। ਹੁਣ ਉਹ ਮਹਾਂਪੁਰਖਾਂ ਦਾ ਸੇਵਾਦਾਰ ਉੱਥੇ ਉਸੇ ਤਰ੍ਹਾਂ ਹੀ ਖੜਾ ਉਡੀਕ ਰਿਹਾ ਸੀ, ਬੀਬੀ ਵੀ ਚਲੀ ਗਈ, ਘੋੜਾ ਸਵਾਰ ਵੀ ਚੱਲਿਆ ਗਿਆ। ਫਿਰ ਉਸਨੇ ਜਲ ਦਾ ਗੜਵਾ ਭਰਿਆ ਅਤੇ ਮਹਾਂਪੁਰਖਾਂ ਕੋਲ ਪਹੁੰਚਿਆ, ਕਾਫੀ ਦੇਰ ਹੋ ਚੁੱਕੀ ਸੀ। ਮਹਾਂਪੁਰਖ ਕਹਿਣ ਲੱਗੇ ਭਲਿਆ ਲੋਕਾਂ ਇੰਨਾ ਲੇਟ ਕਿਵੇਂ ਹੋ ਗਿਆ, ਸਾਨੂੰ ਤਾਂ ਪਿਆਸ ਬਹੁਤ ਲੱਗੀ ਹੋਈ ਸੀ। ਉਸਨੇ ਉਹਦਾ ਕਾਰਨ ਦੱਸਿਆ, ਕਹਿਣ ਲੱਗਾ ਮਹਾਰਾਜ ਪਹਿਲਾਂ ਇੱਕ ਬੀਬੀ ਉੱਥੇ ਕੱਪੜੇ ਧੋ ਰਹੀ ਸੀ, ਮੈਂ ਉਹਦੀ ਉਡੀਕ ਕਰਦਾ ਰਿਹਾ, ਫਿਰ ਇੱਕ ਰਸਾਲਦਾਰ ਆ ਗਿਆ, ਉਹਦਾ ਘੋੜਾ ਪਾਣੀ ਨਹੀਂ ਸੀ ਪੀ ਰਿਹਾ। ਜਦੋਂ ਉਸ ਤੁੱਕੇ ਦੀ ਆਵਾਜ਼ ਆ ਰਹੀ ਸੀ ਟਕ ਟਕ ਦੀ, ਅਤੇ ਮਾਲਕ ਨੇ ਆਖਿਆ ਭਲਿਆ ਲੋਕਾਂ ਪਾਣੀ ਪੀਣਾ ਅਤੇ ਪੀ ਲੈਣੀ ਪਿਆਸਾ ਮਰੇਗਾ, ਅਤੇ ਫਿਰ ਉਸਨੇ ਨੇ ਪਾਣੀ ਪੀਤਾ, ਪਹਿਲਾਂ ਪਾਣੀ ਨਹੀਂ ਸੀ ਪੀਂਦਾ। ਮਹਾਂਪੁਰਖ ਉਸ ਦੀ ਗੱਲ ਸੁਣ ਕੇ ਹੱਸ ਪਏ, ਕਹਿਣ ਲੱਗੇ ਫਿਰ ਤੂੰ ਵੀ ਕੁਛ ਸਿੱਖਿਆ? ਕਹਿੰਦਾ ਨਹੀਂ ਮਹਾਰਾਜ, ਮੈਨੂੰ ਤਾਂ ਕੁਛ ਸਮਝ ਨਹੀਂ ਆਈ। ਮਹਾਂਪੁਰਖ ਕਹਿਣ ਲੱਗੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਟਕ ਟਕ ਤਾਂ ਹੁੰਦੀ ਰਹਿਣੀ ਹੈ, ਸਾਡੇ ਬੱਚੇ ਵੀ ਨੇ, ਪਰਿਵਾਰ ਵੀ ਹੁੰਦਾ, ਕੋਈ ਨਾ ਕੋਈ ਆਵਾਜ਼ ਤਾਂ ਆਉਂਦੀ ਰਹਿੰਦੀ,
ਕੋਈ ਕਿਸੇ ਪਾਸਿਓਂ ਕੋਈ ਕਿਸੇ ਪਾਸਿਓਂ ਟੱਕ ਟੱਕ ਤਾਂ ਹੁੰਦੀ ਰਹਿੰਦੀ ਹੈ, ਪਰ ਜੇ ਨਾਮ ਜਪਣਾ ਬਾਣੀ ਪੜ੍ਹਨੀ ਹੈ ਟੱਕ ਟੱਕ ਦੇ ਵਿੱਚ ਹੀ ਪੜ੍ਹਨੀ ਚਾਹੀਦੀ ਹੈ। ਇਹਦਾ ਇਹ ਮਤਲਬ ਨਹੀਂ ਘਰੋਂ ਵਿਹਲੇ ਹੋ ਗਏ ਆਪਾਂ ਬਾਣੀ ਪੜ੍ਹਾਂਗੇ, ਉਹਨਾਂ ਚਿਰ ਨਿਤ ਨੇ ਵੀ ਛੱਡ ਦਿੱਤਾ। ਸਭ ਕੁਝ ਕਰਦਿਆਂ ਹੋਇਆ ਹਾਫ ਪਾਉ ਕਰ ਕੰਮ ਸਭ ਕੀਤ ਨਿਰੰਡਨ, ਹੱਥਾਂ ਪੈਰਾਂ ਦੇ ਨਾਲ ਕੰਮ ਕਰੋ ਅਤੇ ਰਸਨਾ ਤੋਂ ਬਾਣੀ ਪੜ੍ਹੋ ਅਤੇ ਨਾਮ ਜਪੋ। ਇਹ ਚਿੱਤ ਨੂੰ ਵਾਹਿਗੁਰੂ ਦੇ ਨਾਲ ਜੋੜੀ ਰੱਖਣਾ ਅਤੇ ਫਿਰ ਹੀ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਸੋ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਸ਼ੁਭ ਸਿੱਖਿਆ ਦਿੰਦੇ ਨੇ, ਇਹ ਮਨੁੱਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸ੍ਰੇਸ਼ਟ ਆਚਾਰ ਕਰਤਵ ਕਰ ਰਿਹਾ ਹੈ ਅਤੇ ਦੁਨੀਆਂ ਦੇ ਕਾਰ ਵਿਹਾਰ ਵੀ ਕਰ ਰਿਹਾ ਹੈ ਤੇ ਫਿਰ ਵਾਹਿਗੁਰੂ ਦਾ ਸਿਮਰਨ ਵਿਸ਼ਵਾਸ ਵਾਸ ਕਰਿਆ ਕਰ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸਤਿਗੁਰੂ ਜੀ ਕਹਿੰਦੇ ਨੇ ਜੇ ਵਾਹਿਗੁਰੂ ਨੇ ਤੈਨੂੰ ਸੁੰਦਰ ਰੂਪ ਦਿੱਤਾ ਹੋਇਆ, ਖੂਬਸੂਰਤੀ ਬਖਸ਼ਿਸ਼ ਕੀਤੀ ਹੋਈ ਹੈ ਤੇ ਫਿਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰ, ਕਿਉਂਕਿ ਸੁੰਦਰਤਾ ਵੀ ਇੱਕ ਵੱਡਾ ਗੁਣ ਹੈ, ਇੱਕ ਵਾਹਿਗੁਰੂ ਦੀ ਦਾਤ ਹੈ। ਇਸੇ ਬਾਣੀ ਵਿੱਚ ਅੱਗੇ ਚੱਲ ਕੇ ਸਤਿਗੁਰ ਮਹਾਰਾਜ ਨੇ ਇੱਕ ਬਹੁਤ ਸੁੰਦਰ ਬਚਨ ਲਿਖਿਆ ਹੈ, ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਕੱਟ ਸੋ ਹੈ। ਜੇ ਕੋਈ ਸੁੰਦਰ ਰੂਪ ਵਾਲਾ ਹੋਵੇ ਤੇ ਉਹ ਹੰਕਾਰ ਨਾ ਕਰ ਬੈਠੇ ਵੀ ਮੈਂ ਆਪਣੇ ਸੋਹਣੇ ਰੂਪ ਤੇ ਦੁਨੀਆਂ ਨੂੰ ਮੋਹਿਤ ਕਰ ਲਿਆ ਤੇ ਰੱਬ ਨੂੰ ਵੀ ਮੋਹਿਤ ਕਰ ਲਵਾਂਗਾ। ਰੂਪਵੰਤ ਹੋਏ ਨਾਹੀ ਮੋਹ, ਕੋਈ ਚਾਹੇ ਕਿੰਨਾ ਵੀ ਸੋਹਣੇ ਰੂਪ ਵਾਲਾ ਕਿਉਂ ਨਾ ਹੋਵੇ ਕੋਈ ਇਸਤਰੀ ਪੁਰਸ਼, ਪਰ ਉਹ ਰੱਬ ਨਹੀਂ ਉਸ ਤੇ ਮੋਹਿਤ ਹੋ ਸਕਦਾ। ਕਿਉਂ? ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਅਸਲੀ ਸੁੰਦਰਤਾ ਦਾ ਸੋਮਾ ਤੇ ਵਾਹਿਗੁਰੂ ਦੀ ਜੋਤ ਹੈ। ਜੇ ਉਹ ਸਾਡੇ ਸਰੀਰ ਵਿੱਚ ਵਾਹਿਗੁਰੂ ਦੀ ਜੋਤ ਪ੍ਰਕਾਸ਼ ਰਹੀ ਹੈ, ਸਭ ਮੈਂ ਜੋਤ ਜੋਤ ਹੈ ਸੋਈ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਸੁੰਦਰਤਾ ਉਸਦੇ ਜੋਧਾ ਸਦਕਾ ਹੈ। ਜਬ ਆਪਣੀ ਜੋਤ ਖਿੱਚਿਆ ਤੂੰ ਸਵਾਮੀ, ਤਬ ਕੋ ਤਬ ਕੋਈ ਕਰੋ ਦਿਖਾ ਵਖੀਆ ਨਾ। ਜਦੋਂ ਵਾਹਿਗੁਰੂ ਆਪਣੀ ਜੋਤ ਖਿੱਚ ਲਵੇ ਤੇ ਫਿਰ ਸੁੰਦਰਤਾ ਕਿੱਥੇ ਚਲੀ ਜਾਂਦੀ ਹੈ, ਉਹੀ ਚਿਹਰਾ ਡਰਾਉਣਾ ਹੋ ਜਾਂਦਾ ਹੈ। ਇਸੇ ਲਈ ਸੁੰਦਰਤਾ ਨੂੰ ਵੇਖ ਕੇ ਹੰਕਾਰ ਨਾ ਕਰੋ, ਬੰਦੇ ਨੂੰ ਹੋ ਜਾਂਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ, ਰਾਗ ਮਾਲ ਰੂਪ ਜਾਤ ਜੁਬਨ ਪੰਜੇ ਠੱਕ, ਰਾਜ ਮਾਲ ਰੂਪ ਤੋਂ ਪਾਵੇ ਸੁੰਦਰਤਾ। ਜੁਬਨ ਰਾਜ ਮਾਲ ਰੂਪ ਜਾਤ ਤੇ ਜਾਤੀ ਇਹ ਪੰਜ ਠੱਗ ਨੇ। ਰਾਜ ਮਾਲ ਰੂਪ ਜਾਤ ਜੁਬਨ ਪੰਜੇ ਠੱਗ, ਇਹਨੀ ਠੱਗੀ ਦਾ ਠੱਕਿਆ ਕਿਸੇ ਨਾ ਰਹੀ ਅਲੱਗ, ਕਿਸੇ ਦੀ ਇਹਨਾਂ ਨੇ ਸ਼ਰਮ ਹਜ਼ਾਰ ਨਹੀਂ ਰੱਖੀ, ਇਹਨਾਂ ਠੱਗਾਂ ਨੇ ਸਾਰੇ ਸੰਸਾਰ ਨੂੰ ਲੁੱਟਿਆ ਹੋਇਆ। ਇਸੇ ਲਈ ਹਜ਼ੂਰ ਕਹਿੰਦੇ ਜੇ ਵਾਹਿਗੁਰੂ ਨੇ ਤੈਨੂੰ ਸੋਹਣਾ ਰੂਪ ਦਿੱਤਾ ਵੀ ਹੈ ਤੇ ਇਹਦਾ ਹੰਕਾਰ ਨਾ ਕਰ, ਇਹ ਸਮਝ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਬਹੁਤ ਸੁੰਦਰ ਰੂਪ ਹੈ। ਵਾਹਿਗੁਰੂ ਅਨੂਪ ਉਪਮਾ ਤੋਂ ਰਹਿਤ ਹੈ, ਉਹ ਲਾਸਾਨੀ ਹੈ, ਉਹ ਬੇਮਿਸਾਲ ਸੁੰਦਰ ਹੈ। ਤੂੰ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਅਸਲੀ ਸੁੰਦਰਤਾ ਦਾ ਸੋਮਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸਤ ਸੁਹਾਣ ਸਦਾ ਮਨ ਜਾ, ਉਹ ਸਤ ਹੈ, ਸੁਹਾਣ ਸੋਹਣਾ ਹੈ, ਸੁੰਦਰ ਹੈ ਅਤੇ ਸਦਾ ਹੀ ਉਹਦੇ ਮਨ ਦੇ ਵਿੱਚ ਆ ਉਹ ਖੇੜਾ ਬਣਿਆ ਹੋਇਆ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਅਨੁਰੂਪ ਉਪਮਾ ਤੋਂ ਰਹਿਤ ਬਹੁਤ ਸੁੰਦਰ, ਉਹਨੂੰ ਹਮੇਸ਼ਾ ਦੀ ਯਾਦ ਕਰਿਆ ਕਰ।
ਤਾਂ ਕਿ ਤੇਰੇ ਮਨ ਦੇ ਵਿੱਚ ਹੰਕਾਰ ਨਾ ਪੈਦਾ ਹੋਵੇ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸਤਿਗੁਰੂ ਜੀ ਕਹਿੰਦੇ ਨੇ ਕਈਆਂ ਨੂੰ ਆਪਣੀ ਚੰਗੀ ਜਾਤ ਦਾ ਵੀ ਹੰਕਾਰ ਹੋ ਜਾਂਦਾ, ਸਾਡਾ ਖਾਨਦਾਨ ਬਹੁਤ ਉੱਚਾ, ਸਾਡੀ ਬਰਾਦਰੀ ਬਹੁਤ ਉੱਚੀ ਹੈ। ਉੱਚੀਆਂ ਜਾਤਾਂ ਦੇ ਲੋਕ ਨੀਵੀਆਂ ਜਾਤਾਂ ਤੋਂ ਨਫ਼ਰਤ ਕਰਦੇ ਨੇ, ਉਹਨਾਂ ਦੇ ਨਾਲ ਵਿਹਾਰ ਵੀ ਅੱਛਾ ਨਹੀਂ ਕਰਦੇ। ਲੋਕ ਸਤਿਗੁਰੂ ਕਹਿੰਦੇ ਨੇ ਜੇ ਤੇਰੀ ਚੰਗੀ ਜਾਤ ਵੀ ਹੈ, ਚੰਗੇ ਖਾਨਦਾਨ ਵਿੱਚ ਤੈਨੂੰ ਜਨਮ ਮਿਲਿਆ ਹੈ, ਤਾਂ ਵੀ ਰੱਬ ਦਾ ਸ਼ੁਕਰਾਨਾ ਕਰ। ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਜਾਤ ਬਹੁਤ ਅੱਛੀ ਹੈ। ਹੁਣ ਜਿੱਥੋਂ ਤੱਕ ਜਾਤ ਪਾਤ ਦਾ ਸੰਬੰਧ ਹੈ, ਸਿੱਖ ਧਰਮ ਦੇ ਵਿੱਚ ਇੱਕ ਸਿਧਾਂਤ ਹੈ, ਸਾ ਜਾਤ ਸਾ ਪਤ ਹੈ ਜਿਹੇ ਕਰਮ ਮਾਰੇ। ਜਾਤ ਦਾ ਸੰਬੰਧ ਜਨਮ ਨਾਲ ਨਹੀਂ, ਇਹ ਗੁਰਮਤਿ ਦੇ ਸਿਧਾਂਤ ਨੇ। ਜਾਤ ਦਾ ਸੰਬੰਧ ਜਨਮ ਦੇ ਨਾਲ ਨਹੀਂ, ਕਰਮ ਦੇ ਨਾਲ ਹੁੰਦਾ। ਜਿਹੜੇ ਪੁਰਾਣੇ ਰਿਸ਼ੀ ਮੁਨੀ ਸਨ ਜਿਨ੍ਹਾਂ ਨੇ ਵਰਨ ਵੰਡ ਕੀਤੀ ਸੀ, ਉਹਨਾਂ ਨੇ ਜਨਮ ਤੋਂ ਨਾ ਜੋੜਿਆ ਬਲਕਿ ਕਰਮ ਪ੍ਰਧਾਨ ਮੰਨਿਆ ਸੀ। ਜਿਨ੍ਹਾਂ ਨੇ ਇਹ ਗੱਲ ਆਖ ਦਿੱਤੀ ਬਈ ਅਸੀਂ ਤੇ ਬ੍ਰਹਮ ਵਿੱਦਿਆ ਪੜ੍ਹਨੀ ਹੈ ਅਤੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਅਤੇ ਉਹਨਾਂ ਨੂੰ ਬ੍ਰਾਹਮਣ ਸੰਗਿਆ ਦਿੱਤੀ। ਬ੍ਰਹਮ ਜਣਾਤੀ ਤੀ ਬ੍ਰਾਹਮਣ, ਜਿਹੜਾ ਬ੍ਰਹਮ ਨੂੰ ਜਾਣੇ ਉਹ ਬ੍ਰਾਹਮਣ ਸੀ। ਬ੍ਰਹਮ ਗਿਆਨੀ ਨੂੰ ਬ੍ਰਾਹਮਣ ਦੀ ਸੰਗਿਆ ਦਿੱਤੀ ਗਈ ਸੀ। ਅਤੇ ਜਿਹੜੇ ਕਹਿੰਦੇ ਅਸੀਂ ਦੇਸ਼ ਦੀ ਰੱਖਿਆ ਕਰਨੀ, ਦੁਸ਼ਮਣ ਦੇ ਨਾਲ ਜੰਗਜੁੱਧ ਕਰਨੇ ਨੇ, ਅਤੇ ਉਹਨਾਂ ਨੂੰ ਖੱਤਰੀ ਆਖਿਆ ਗਿਆ। ਜਿਹੜਾ ਖੱਤਰੀ ਸ਼ਬਦ ਹੈ ਨਾ, ਇਹ ਸ਼ਸਤਰਧਾਰੀ ਸ਼ਬਦ ਤੋਂ ਖੱਤਰੀ ਸ਼ਬਦ ਬਣੇ, ਸ਼ਸਤਰਧਾਰੀ ਨੂੰ ਖੱਤਰੀ ਕਿਹਾ ਜਾਂਦਾ। ਬ੍ਰਹਮ ਦਾ ਚਿੰਤਨ ਕਰਨ ਵਾਲੇ ਨੂੰ ਬ੍ਰਹਮ ਅਤੇ ਸ਼ਸਤਰਧਾਰੀ ਨੂੰ ਖੱਤਰੀ ਕਿਹਾ ਜਾਂਦਾ। ਅਤੇ ਤੀਜੇ ਨੰਬਰ 'ਤੇ ਉਹ ਵਰਗ ਸੀ ਜਿਨ੍ਹਾਂ ਨੇ ਆਖਿਆ ਵੀ ਅਸੀਂ ਤਾਂ ਕਿਰਤ ਕਰਨੀ ਹੈ, ਮਨੁੱਖਤਾ ਦਾ ਪੇਟ ਭਰਨਾ, ਉਹਨਾਂ ਨੂੰ ਵੈਸ਼ ਕਿਹਾ ਜਾਣ ਲੱਗ ਪਿਆ, ਜਿਹਦੇ ਵਿੱਚ ਜੱਟ ਜ਼ਿਮੀਂਦਾਰ ਕਿਰਤ ਵਿਰਤ ਕਰਨ ਵਾਲੇ ਲੋਕ ਆ ਜਾਂਦੇ ਨੇ। ਤੀਜੇ ਨੰਬਰ 'ਤੇ, ਚੌਥੇ ਨੰਬਰ 'ਤੇ ਉਹ ਲੋਕ ਸਨ ਜਿਹੜੇ ਕਹਿੰਦੇ ਅਸੀਂ ਸੇਵਾ ਕਰਨੀ ਹੈ, ਵੱਡਿਆਂ ਦੀ ਸੇਵਾ ਕਰਨੀ ਹੈ, ਜਿਹੜੇ ਉੱਚੇ ਨੇ ਭਲੇ ਲੋਕ ਨੇ ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਚਾਹੀਦਾ ਤਾਂ ਇਹ ਸੀ ਵੀ ਜਿਹੜਾ ਸੇਵਾ ਕਰਨ ਵਾਲਿਆਂ ਦਾ ਵੱਧ ਸਤਿਕਾਰ ਹੁੰਦਾ, ਪਰ ਉਹਨਾਂ ਨੂੰ ਸ਼ੂਦਰ ਸੰਗਿਆ ਦਿੱਤੀ ਗਈ ਵੀ ਤੇ ਸ਼ੂਦਰ ਨੇ, ਸਭ ਤੋਂ ਨੀਵੀਆਂ ਨੂੰ ਸ਼ੂਦਰ ਮੰਨ ਲਏ ਗਏ। ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰੀ ਚਾਰ ਵਰਨ ਬਣੇ, ਪਰ ਇਹ ਬਣੇ ਸਨ ਕਰਮਾਂ ਦੇ ਆਧਾਰ 'ਤੇ, ਰੁਚੀ ਦੇ ਅਨੁਸਾਰ। ਪਰ ਬਾਅਦ ਵਿੱਚ ਕੁਛ ਸ਼ਰਾਰਤੀ ਲੋਕਾਂ ਨੇ ਜਾਤ ਨੂੰ ਜਨਮ ਦੇ ਨਾਲ ਜੋੜ ਦਿੱਤਾ। ਹੁਣ ਕਹਿੰਦੇ ਜਿਹੜੇ ਬ੍ਰਾਹਮਣਾਂ ਦੇ ਘਰ ਪੈਦਾ ਹੋਵੇ ਉਹ ਬ੍ਰਾਹਮਣ ਹੈ, ਖੱਤਰੀ ਦੇ ਘਰ ਜਿਹੜਾ ਬੱਚਾ ਪੈਦਾ ਹੁੰਦਾ ਉਹ ਖੱਤਰੀ ਹੈ, ਵੈਸ਼ਾਂ ਦੇ ਘਰ ਜਿਹੜਾ ਬੱਚਾ ਪੈਦਾ ਹੋਵੇ ਉਹ ਵੈਸ਼ ਹੈ, ਇਹ ਜਿਹੜਾ ਸ਼ੂਦਰਾਂ ਦੇ ਘਰ ਜੰਮਿਆ ਉਹ ਸ਼ੂਦਰ ਹੈ। ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਗੱਲ ਗਲਤ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਦੋਂ ਆਪਾਂ ਗਹਿਰਾਈ ਦੇ ਨਾਲ ਸੋਚਾਂਗੇ, ਜਿਹੜਾ ਆਦਮੀ ਸੋਨੇ ਦਾ ਕੰਮ ਕਰਦਾ ਸੀ ਉਸਨੂੰ ਸੁਨਿਆਰ ਆਖਿਆ ਗਿਆ, ਜਿਹੜਾ ਲੋਹੇ ਦਾ ਕੰਮ ਕਰਦਾ ਸੀ ਉਹਨੂੰ ਲੁਹਾਰ ਆਖਿਆ ਗਿਆ, ਜਿਹੜਾ ਕੋਈ ਲੱਕੜੀ ਦਾ ਕੰਮ ਕਰਦਾ ਸੀ ਉਸਨੂੰ ਤਰਖਾਣ ਕਿਹਾ ਗਿਆ, ਅਤੇ ਜਿਹੜਾ ਕੋਈ
ਜਿਹੋ ਜਿਹਾ ਕੋਈ ਕੰਮ ਕਰਦਾ ਸੀ ਉਹ ਕੰਮ ਦੇ ਆਧਾਰਿਤ ਉਹਦੀ ਜਾਤ ਬਣ ਗਈ ਅਤੇ ਜਿਹੜਾ ਚਮੜੇ ਦਾ ਕੰਮ ਕਰਦਾ ਸੀ ਉਹਨੂੰ ਚਮਿਆਰ ਆਖਿਆ ਜਾਣ ਲੱਗਾ। ਪਰ ਹਰ ਜਾਤੀ ਦਾ ਸੰਬੰਧ ਕਰਮ ਦੇ ਨਾਲ ਸੀ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ ਵੀ ਇੱਕ ਪਾਸੇ ਕੋਈ ਉੱਚੀ ਜਾਤ ਵਿੱਚ ਪੈਦਾ ਹੋਇਆ ਮਨੁੱਖ ਹੈ, ਉਹਨੇ ਵੇਦ ਸ਼ਾਸਤਰ ਵੀ ਪੜ੍ਹ ਲਏ ਨੇ ਅਤੇ ਜਿੰਨੇ ਵੀ ਵੇਦਾਂ ਸ਼ਾਸਤਰਾਂ ਦੇ ਦੱਸੇ ਧਰਮ ਕਰਮ ਆਚਾਰ ਉਹ ਵੀ ਕਰ ਰਿਹਾ ਹੈ। ਪਰ ਜੇ ਕਹਿੰਦੇ ਉਹਦੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ, ਸਿਮਰਨ ਨਹੀਂ, ਅਤੇ ਕੀ ਸਤਿਗੁਰੂ ਨੇ ਲਿਖਿਆ ਉਹ ਆਪਦੇ ਉਤਮ ਗਣੋ ਚੰਡਾਲ, ਉਹ ਸੁੱਚੀ ਜਾਤ ਨਾਲੋਂ ਚੰਡਾਲ ਵੀ ਚੰਗਾ ਹੈ। ਉਹ ਆਪਦੇ ਉਤਮ ਗਣੋ ਚੰਡਾਲ ਨਾਨਕ ਜਿਹ ਮਨ ਵਸਿਆ ਗੋਪਾਲ, ਪਰ ਨਾਲ ਨਿਸ਼ਾਨੀ ਦੱਸ ਦਿੱਤੀ ਜਿਹਦੇ ਅੰਦਰ ਰੱਬ ਵਸਦਾ ਹੈ ਭਾਵੇਂ ਉਹ ਚੰਡਾਲ ਵੀ ਕਿਉਂ ਨਾ ਹੋਵੇ। ਔਰ ਬਾਲਮੀਕ ਬਟਵਾਰਾ ਸੀ ਪਰ ਉਹਦਾ ਗੁਰਬਾਣੀ ਵਿੱਚ ਨਾਮ ਲਿਖਿਆ ਬਾਲਮੀਕ ਸੁਚਾਰੋ ਤਰਿਓ ਬਾਧਕ ਤਰੇ ਬਿਚਾਰੇ। ਇਹਦਾ ਮਤਲਬ ਇਹ ਹੈ ਉੱਚੀ ਜਾਤ ਦਾ ਕਲੇ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਸਤਿਗੁਰੂ ਸਾਨੂੰ ਇਹ ਗੱਲ ਸਮਝਾਉਂਦੇ ਨੇ ਜੇ ਪ੍ਰਸਾਦ ਤੇਰੀ ਨੀਕੀ ਜਾਤ ਦੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਬਹੁਤ ਅੱਛੀ ਜਾਤ ਹੈ, ਭਾਵ ਤੇਰੀ ਬਰਾਦਰੀ ਬਹੁਤ ਉੱਚੀ ਹੈ, ਲੋਕ ਸਤਿਕਾਰ ਕਰਦੇ ਹਨ। ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਸ ਵਾਹਿਗੁਰੂ ਨੇ ਚੰਗੀ ਜਾਤ ਵਿੱਚ ਤੈਨੂੰ ਜਨਮ ਦਿੱਤਾ, ਚੰਗੇ ਖਾਨਦਾਨ ਵਿੱਚ ਤੈਨੂੰ ਪੈਦਾ ਕੀਤਾ ਹੈ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦਿਨ ਰਾਤ ਹਮੇਸ਼ਾ ਲਈ ਚੇਤੇ ਕਰਿਆ ਕਰ। ਜੇ ਤੇਰੀ ਉੱਚੀ ਜਾਤ ਹੈ ਨਾ, ਉਹਦਾ ਹੰਕਾਰ ਨਾ ਕਰ ਤੇ ਬਲਕਿ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ ਤੇ ਹਰ ਵੇਲੇ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਜੇ ਪ੍ਰਸਾਦ ਤੇਰੀ ਪਤ ਰਹੇ, ਜੇ ਤੂੰ ਚਾਹੁੰਦਾ ਲੋਕ ਤੇ ਪ੍ਰਲੋਕ ਵਿੱਚ ਮੇਰੀ ਪਤ ਇੱਜ਼ਤ ਬਣੀ ਰਵੇ, ਤੇ ਜੇ ਤੂੰ ਚਾਹੁੰਦਾ ਹੈ ਤੇ ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਪਤ ਕਾਇਮ ਰਹਿ ਸਕਦੀ ਹੈ। ਗੁਰ ਪ੍ਰਸਾਦ ਨਾਨਕ ਜਸ ਕਹੈ, ਕਿਵੇਂ ਤੇਰੀ ਪਤ ਇੱਜ਼ਤ ਅਬਰੂ ਕਾਇਮ ਰਹਿ ਸਕਦੀ ਹੈ। ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਜਸ ਕਹੈ, ਜੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇਂ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਨਾਨਕ ਜਸ ਕਹੈ ਵਾਹਿਗੁਰੂ ਦਾ ਜਸ ਉਚਾਰਨ ਕਰਨ ਲੱਗ ਪਵੇ, ਜੇ ਤੂੰ ਵਾਹਿਗੁਰੂ ਦੀ ਸਿਫਤ ਕਰਨ ਲੱਗ ਪਵੇਂ ਤੇ ਫਿਰ ਤੇਰੀ ਪਤ ਰਹਿ ਸਕਦੀ ਹੈ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਪ੍ਰਸਾਦ ਨਾਨਕ ਜਸ ਕਹੇ, ਜਸ ਦਾ ਅਰਥ ਹੁੰਦਾ ਕੀਰਤਨ, ਕੀਰਤਨ ਨੂੰ ਕਲਯੁਗ ਦਾ ਪ੍ਰਧਾਨ ਸਾਧਨ ਮੰਨਿਆ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਨੂੰ ਗੁਰਮੁਖ ਜਪੀਏ ਲਾਏ ਤੇ। ਹੁਣ ਇਹ ਵੀ ਇੱਕ ਸਵਾਲ ਹੈ ਵੀ ਗੁਰੂ ਮਹਾਰਾਜ ਨੇ ਸਾਧਨ ਤਾਂ ਹੋਰ ਵੀ ਨੇ, ਪਰ ਕੀਰਤਨ ਪ੍ਰਧਾਨ ਸਾਧਨ ਕਿਉਂ ਮੰਨਿਆ? ਇਹਦੇ ਪਿੱਛੇ ਜਦੋਂ ਆਪਾਂ ਡੂੰਘਿਆਈ ਨਾਲ ਵਿਚਾਰ ਕਰਾਂਗੇ ਨਾ, ਇਹਦੇ ਵਿੱਚ ਬਹੁਤ ਡੂੰਘਾ ਇੱਕ ਰਾਜ ਹੈ। ਉਹ ਰਾਜ ਕੀ ਹੈ? ਜਿੰਨੇ ਵੀ ਪਰਮਾਰਥ ਦੇ ਪੰਥੀ ਨੇ, ਅਧਿਆਤਮਕਵਾਦੀ ਮਹਾਂਪੁਰਖ ਨੇ, ਭਗਤੀ ਦੇ ਮਾਰਗ 'ਤੇ ਚੱਲਣ ਵਾਲੇ ਵੱਡੇ ਵੱਡੇ ਗੁਰਮੁਖ ਪਿਆਰੇ ਮਹਾਂਪੁਰਖ ਨੇ, ਉਹਨਾਂ ਦਾ ਇੱਕ ਨਿਚੋੜ ਕੱਢਿਆ ਹੋਇਆ। ਉਹ ਨਿਚੋੜ ਕੀ ਹੈ? ਕਹਿੰਦੇ ਨੇ ਜਿਸ ਬੰਦੇ ਨੇ ਵਾਹਿਗੁਰੂ ਨੂੰ ਮਿਲਣਾ ਹੋਵੇ ਉਹਦੇ ਲਈ ਦੋ ਗੱਲਾਂ ਦੀ ਲੋੜ ਪੈਂਦੀ ਹੈ, ਉਹ ਦੋ ਸ਼ਰਤਾਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ।
ਕੇ ਰੱਬ ਨੂੰ ਮਿਲਣਾ ਨਾ, ਦੋ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਨੇ। ਉਹ ਦੋ ਸ਼ਰਤਾਂ ਕਿਹੜੀਆਂ ਨੇ? ਇੱਕ ਤਾਂ ਹੈ ਮਨ ਦੀ ਇਕਾਗਰਤਾ। ਇਹ ਧਿਆਨ ਨਾਲ ਸੁਣਿਓ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰੂ ਮਹਾਰਾਜ ਨੇ ਕਿਉਂ ਆਖਿਆ। ਇੱਕ ਤਾਂ ਹੈ ਮਨ ਦੀ ਇਕਾਗਰਤਾ ਅਤੇ ਦੂਸਰੀ ਹੈ ਮਨ ਦੀ ਨਿਰਮਲਤਾ। ਜਦੋਂ ਮਨ ਦੀ ਇਕਾਗਰਤਾ ਹੋਵੇਗੀ ਅਤੇ ਜਦੋਂ ਮਨ ਦੀ ਨਿਰਮਲਤਾ ਹੋਵੇਗੀ ਅਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਮਿਲਣਾ। ਅਤੇ ਜਿੰਨਾ ਚਿਰ ਮਨ ਹੀ ਟਿਕਦਾ ਨਾ ਅਤੇ ਮਨ ਨਿਰਮਲ ਨਹੀਂ ਹੁੰਦਾ ਅਤੇ ਜਿੰਨੇ ਮਰਜ਼ੀ ਸਾਧਨ ਕਰੀ ਜਾਓ, ਉਹਨਾਂ ਦਾ ਜਿਵੇਂ ਪਿੱਛੇ ਲਿਖਿਆ, ਪਰ ਰੱਬ ਨਹੀਂ ਮਿਲ ਸਕਦਾ। ਹਾਂ, ਜਦੋਂ ਮਨ ਇਕਾਗਰ ਹੋਵੇਗਾ ਅਤੇ ਮਨ ਨਿਰਮਲ ਹੋਵੇਗਾ ਫਿਰ ਪਰਮੇਸ਼ਰ ਮਿਲਦਾ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ, ਜਿਵੇਂ ਕਿਸੇ ਸਰੋਵਰ ਦਾ ਪਾਣੀ ਜਾਂ ਕਿਸੇ ਝੀਲ ਦਾ ਪਾਣੀ ਐਨ ਸ਼ਾਂਤ ਹੋਵੇ, ਸ਼ਾਂਤ ਤੋਂ ਪਾਪ ਟਿਕਿਆ ਹੋਵੇ ਅਤੇ ਫਿਰ ਨਾਲ ਸਾਫ਼ ਵੀ ਹੋਵੇ, ਸ਼ਾਂਤ ਵੀ ਹੋਵੇ ਅਤੇ ਸਾਫ਼ ਵੀ ਹੋਵੇ, ਉਹਦੇ ਵਿੱਚ ਸੂਰਜ ਦਾ ਪ੍ਰਤਿਬਿੰਬ ਬਹੁਤ ਸਾਫ਼ ਦਿਖਾਈ ਦਿੰਦਾ। ਪਾਣੀ ਟਿਕਿਆ ਵੀ ਹੋਵੇ, ਸਾਫ਼ ਵੀ ਹੋਵੇ ਅਤੇ ਪਾਣੀ ਸ਼ਾਂਤ ਵੀ ਹੋਵੇ ਅਤੇ ਫਿਰ ਉਹਦੇ ਵਿੱਚ ਸੂਰਜ ਦਾ ਪ੍ਰਤਿਬਿੰਬ ਬੜਾ ਸਾਫ਼ ਦਿਖਾਈ ਦਿੰਦਾ। ਜੇ ਪਾਣੀ ਚੰਚਲ ਹੈ, ਪਾਣੀ ਵਿੱਚ ਲਹਿਰਾਂ ਉੱਠਦੀਆਂ ਨੇ ਅਤੇ ਪਾਣੀ ਮੈਲਾ ਹੈ, ਕਦੇ ਸੂਰਜ ਦਾ ਪ੍ਰਤਿਬਿੰਬ ਸਾਫ਼ ਦਿਖਾਈ ਨਹੀਂ ਦਿੰਦਾ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਬਖਸ਼ ਕੀਤੀ। ਜੇ ਪ੍ਰਸਾਦ ਤੇਰੀ ਪਤਰ ਹੈ, ਗੁਰਪ੍ਰਸਾਦ ਨਾਮ ਜਸ ਹੈ, ਉਹਨਾਂ ਨੇ ਸਾਨੂੰ ਕੀਰਤਨ ਦੀ ਦਾਤ ਬਖਸ਼ੀ। 1430 ਪੰਨਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਾਣੀ ਲਿਖੀ ਹੈ। ਕਰੀਬ ਕਰੀਬ ਬਹੁਤ ਹੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੋਈ ਹੈ। ਕੀਰਤਨ ਦੁਆਰਾ ਹੀ ਉਸਨੂੰ ਗਾਇਨ ਕੀਤਾ ਗਿਆ ਅਤੇ ਹੁਣ ਵੀ ਰਾਗੀ ਸਿੰਘ ਕੀਰਤਨ ਦੁਆਰਾ ਗੁਰਬਾਣੀ ਦਾ ਗਾਇਨ ਕਰ ਰਿਹਾ। ਕੀਰਤਨ ਹੁੰਦਾ ਕੀ ਹੈ? ਗੁਰਪ੍ਰਸਾਦ ਨਾਮ 'ਚ ਦੱਸ ਕੇ ਹੈ। ਜਿਹੜਾ ਪੁਰਾਣਾ ਸੰਗੀਤ ਸੀ ਨਾ, ਉਹਦੇ ਵਿੱਚ ਤਿੰਨ ਚੀਜ਼ਾਂ ਦਾ ਸੁਮੇਲ ਸੀ। ਸੰਗੀਤ ਤਿੰਨ ਚੀਜ਼ਾਂ ਦੇ ਸੰਗਮ ਨੂੰ ਸੰਗੀਤ ਕਹਿੰਦੇ ਸਨ। ਉਹਦਾ ਮਤਲਬ ਸੀ ਇੱਕ ਗਾਇਨ, ਦੂਸਰਾ ਵਾਦਨ, ਤੀਸਰਾ ਉਹਦਾ ਅੰਗ ਸੀ ਨਿਰਤ। ਧਿਆਨ ਨਾਲ ਸੁਣੋ, ਸੰਗੀਤ ਦਾ ਅਰਥ ਸੀ ਤਿੰਨ ਚੀਜ਼ਾਂ ਦਾ ਸੰਗਮ, ਗਾਇਨ ਕੁਛ ਗਾਉਣਾ, ਵਾਦਨ ਸਾਜ਼ਾਂ ਦੀ ਧੁਨੀ ਅਤੇ ਨਿਰਤ ਨਾਲ ਨੱਚਣਾ। ਇਹ ਸੰਗੀਤ ਦੇ ਅਰਥ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਉਹ ਸੰਗੀਤ ਨੂੰ ਦੋ ਪੱਖ ਉਹਦੇ ਰੱਖੇ ਨੇ। ਤੀਜੇ ਪੱਖ ਨੂੰ ਗੁਰੂ ਮਹਾਰਾਜ ਨੇ ਤਿਆਗ ਦਿੱਤਾ। ਕਿਉਂ? ਸਤਿਗੁਰੂ ਨੇ ਬਾਣੀ ਵੀ ਸਾਫ਼ ਲਿਖ ਦਿੱਤਾ, ਨੱਚਿਆ ਟੱਪਿਆ ਭਗਤ ਨਾ ਹੋਏ। ਨੱਚਣ ਟੱਪਣ ਦੇ ਨਾਲ ਮਨ ਚੰਚਲ ਹੁੰਦਾ, ਇਸ ਲਈ ਨੱਚਣਾ ਟੱਪਣਾ ਸਿੱਖੀ ਵਿੱਚ ਵਿਵਰਜਿਤ ਹੈ। ਹਾਂ, ਤੁਸੀਂ ਕੀਰਤਨ ਕਰ ਸਕਦੇ ਹੋ। ਸੰਗੀਤ ਦੀ ਧੁਨ ਦੇ ਵਿੱਚ ਗੁਰਬਾਣੀ ਦਾ ਗਾਇਨ ਕਰਨਾ, ਇਹਨੂੰ ਕੀਰਤਨ ਕਹਿੰਦੇ ਨੇ। ਹੁਣ ਜਦੋਂ ਸੰਗੀਤ ਦੀ ਧੁਨ ਸਾਡੇ ਕੰਨਾਂ ਵਿੱਚ ਪੈਂਦੀ ਹੈ ਨਾ, ਇਹਦਾ ਅਸਰ ਵੀ ਸਾਡੇ 'ਤੇ ਬਹੁਤ ਡੂੰਘਾ ਪੈਂਦਾ, ਕਿਉਂਕਿ ਰਾਗ ਅਤੇ ਕਾਲ ਦੋਵੇਂ ਕੋਮਲ ਕਲਾ ਮੰਨੀਆਂ ਨੇ। ਕੋਮਲ ਕਲਾ, ਇਹਨਾਂ ਦਾ ਹਰ ਪਸ਼ੂ ਪੰਛੀ 'ਤੇ ਵੀ, ਇੱਥੋਂ ਤੱਕ ਵਾਯੂ ਮੰਡਲ 'ਤੇ ਵੀ, ਪੌਣ ਪਾਣੀ 'ਤੇ ਵੀ ਡੂੰਘਾ ਅਸਰ ਪੈਂਦਾ ਰਾਗ ਅਤੇ ਕਾਵ ਦਾ। ਹੁਣ ਤੁਸੀਂ ਅਕਸਰ ਵੇਖੋਗੇ
ਵੀ ਜਦੋਂ ਕੋਈ ਜੋਗੀ ਵੀਰ ਨੂੰ ਮਿਲਾਉਂਦਾ ਤਾਂ ਸੱਪ ਵੀ ਮਿਲਣ ਲੱਗ ਜਾਂਦਾ, ਕੋਈ ਅਸਰ ਹੈ ਨਹੀਂ ਨਾ ਉਹਦਾ। ਅਤੇ ਜਦੋਂ ਕਿਧਰੇ ਕੋਈ ਸੋਹਣਾ ਕੋਈ ਟਿਊਨ ਵੱਜ ਰਹੀ ਹੋਵੇ, ਬੱਚੇ ਵੀ ਜਿਨ੍ਹਾਂ ਨੂੰ ਸਮਝ ਵੀ ਨਹੀਂ ਹੁੰਦੀ ਉਹ ਵੀ ਨੱਚਣ ਲੱਗ ਪੈਂਦੇ, ਭੰਗੜੇ ਪਾਉਣ ਲੱਗ ਜਾਂਦੇ ਨੇ। ਇਹਦਾ ਮਤਲਬ ਅਸਰ ਤਾਂ ਹੈ ਨਾ ਕੋਈ, ਇਹ ਸੰਗੀਤ ਦਾ ਅਸਰ ਹੁੰਦਾ। ਆਪਣੇ ਆਪ ਹੀ ਜਦੋਂ ਅਸੀਂ ਕੋਈ ਚੰਗੀ ਟਿਊਨ, ਚੰਗਾ ਗੀਤ, ਚੰਗਾ ਸੰਗੀਤ ਸੁਣਦੇ ਹਾਂ ਤਾਂ ਸਾਡੇ ਮਨ 'ਤੇ ਉਹਦਾ ਅਸਰ ਕੁਝ ਨਾ ਕੁਝ ਜ਼ਰੂਰ ਦਿਖਾਈ ਦਿੰਦਾ। ਅਤੇ ਗੁਰੂ ਮਹਾਰਾਜ ਨੇ ਸੰਗੀਤ ਨੂੰ ਕਿਸ ਵਾਸਤੇ ਚੁਣਿਆ ਹੈ? ਮਨ ਨੂੰ ਇਕਾਗਰ ਕਰਨ ਦੇ ਲਈ। ਜਿਹੜੀ ਸੰਗੀਤ ਦੀ ਧੁਨ ਹੈ ਉਹ ਖਿੰਡੇ ਮਨ ਨੂੰ ਕੇਂਦਰਿਤ ਕਰਦੀ ਹੈ, ਇਕਾਗਰਤਾ ਪ੍ਰਦਾਨ ਕਰਦੀ ਹੈ। ਅਤੇ ਉਸਦੇ ਨਾਲ ਜਿਹੜਾ ਗੁਰਬਾਣੀ ਦਾ ਗਾਇਨ ਹੈ, ਗੁਰੂ ਸ਼ਬਦ ਦਾ ਗਾਇਨ ਹੈ, ਉਹ ਸਾਡੀ ਮਨ ਦੀ ਮੈਲ ਨੂੰ ਦੂਰ ਕਰਦਾ ਹੈ। ਇਕੱਲੇ ਰਾਗ ਦੀ ਵੀ ਕੋਈ ਸਿੱਖੀ ਸਿਧਾਂਤਾਂ ਵਿੱਚ ਇੱਡੀ ਮਹਾਨਤਾ ਦੀ ਵੀ ਗੱਲ ਸਮਝ ਲੈਣੀ ਚਾਹੀਦੀ। ਸਤਿਗੁਰੂ ਕਹਿੰਦੇ ਨੇ ਵੀ ਰਾਗ ਨਾਲ ਸਫਲ ਉਦੋਂ ਹੁੰਦੇ ਨੇ ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜੇ। ਜੇ ਸ਼ਬਦ ਨਾਲ ਨਹੀਂ ਜੁੜੀ, ਇਕੱਲੇ ਰਾਗ ਨਾਦਾਂ ਦੇ ਵਿੱਚ ਹੀ ਅਸੀਂ ਮਸਤ ਹੋ ਗਏ ਹਾਂ, ਫਿਰ ਹਾਲੇ ਅਸੀਂ ਅੱਧ ਵਿਚਾਲੇ ਅਟਕੇ ਹੋਏ ਹਾਂ। ਇਸ ਲਈ ਰਾਗ ਨਾਲ ਸ਼ਬਦ ਸੋਹਣੇ, ਇਹ ਰਾਗ ਦੇ ਨਾਲ ਸ਼ਬਦ ਨਾਲ ਹੀ ਸੋਹਣੇ ਨੇ। ਇਹ ਰਾਗ ਨਾਲ ਦੁਆਰਾ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਵੇ ਅਤੇ ਫਿਰ ਇੱਕੋ ਸਮੇਂ ਮਨ ਦੀ ਇਕਾਗਰਤਾ ਅਤੇ ਮਨ ਦੀ ਨਿਰਮਤਾ ਹੋ ਜਾਂਦੀ। ਇਸ ਕੀਰਤਨ ਦੇ ਮੁਕਾਬਲੇ ਦੇ ਦੁਨੀਆਂ ਵਿੱਚ ਹੋਰ ਕੋਈ ਸਾਧਨ ਨਹੀਂ ਜਿਹੜਾ ਇੱਕੋ ਸਮੇਂ ਸਾਡੇ ਮਨ ਨੂੰ ਇਕਾਗਰ ਵੀ ਕਰੇ ਅਤੇ ਮਨ ਨੂੰ ਨਿਰਮਲ ਵੀ ਕਰ ਦੇਵੇ, ਮਨ ਨੂੰ ਸ਼ਾਂਤ ਵੀ ਕਰ ਦੇਵੇ ਅਤੇ ਮਨ ਦੀ ਮੈਲ ਨੂੰ ਵੀ ਧੋ ਦੇਵੇ। ਇਹ ਕੇਵਲ ਕੀਰਤਨ ਹੈ, ਸੰਗੀਤ ਮਨ ਨੂੰ ਇਕਾਗਰ ਕਰਦਾ ਅਤੇ ਗੁਰੂ ਕਾ ਸ਼ਬਦ ਮਨ ਦੀ ਮੈਲ ਨੂੰ ਧੋ ਦਿੰਦਾ। ਸੰਗੀਤ ਅਤੇ ਸ਼ਬਦ ਦੋਨਾਂ ਦਾ ਸੁਮੇਲ ਕੀਰਤਨ ਹੈ। ਹਜ਼ੂਰ ਕਹਿੰਦੇ ਨੇ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ, ਵੀ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਲੋਕ ਅਤੇ ਪ੍ਰਲੋਕ ਵਿੱਚ ਪਾਤ ਰਹਿ ਆਵੇ ਅਤੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ, ਨਾਨਕ ਜਸ ਕਹਿ ਅਤੇ ਵਾਹਿਗੁਰੂ ਦਾ ਜਸ ਕਰਿਆ ਕਰ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕਹਿ ਕਰਮਾ ਕਹੋ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ, ਪਯੋ ਕਿਰਪਾ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ। ਇਹ ਹੈ ਕੀਰਤਨ ਦੀ ਮਹਾਨਤਾ, ਜਿਸ ਦੇ ਨਾਲ ਇੱਕੋ ਸਮੇਂ ਮਨ ਇਕਾਗਰ ਵੀ ਹੁੰਦਾ ਅਤੇ ਮਨ ਨਿਰਮਲ ਵੀ ਹੋ ਜਾਂਦਾ। ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇਹ ਦਾਤ ਬਖਸ਼ਿਸ਼ ਕੀਤੀ। ਇਹ ਜਿਹੜੀ ਕੀਰਤਨ ਦੀ ਦਾਤ ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਬਖਸ਼ਿਸ਼ ਹੋਈ, ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਦਾਤ ਬਖਸ਼ਿਸ਼ ਕਰ ਦਿੱਤੀ। ਜਦੋਂ ਸਤਾ ਅਤੇ ਬਲਵੰਡਾ ਰਬਾਬੀ ਹੰਕਾਰੀ ਹੋ ਗਏ ਅਤੇ ਕੀਰਤਨ ਕਰਨਾ ਛੱਡ ਦਿੱਤਾ ਅਤੇ ਗੁਰੂ ਕੀ ਨਿੰਦਿਆ ਕਰਨ 'ਤੇ ਤੁਲ ਗਏ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਇਹ ਤਾਂ ਫਿੱਟ ਗਏ ਨੇ, ਹੰਕਾਰੀ ਹੋ ਗਏ ਨੇ, ਇਹ ਤਾਂ ਕੋਹੜੀ ਹੋ ਗਏ ਨੇ, ਹੁਣ ਇਹਨਾਂ ਨੂੰ ਨਹੀਂ ਮੂੰਹ ਲਾਉਣਾ ਕਿਸੇ ਸਿੱਖ ਨੇ, ਹੁਣ ਗੁਰੂ ਦੇ ਸਿੱਖ ਹੀ ਕੀਰਤਨ ਕਰਨਗੇ। ਉਸ ਤੋਂ ਬਾਅਦ ਹੁਣ ਮਰਦਾਨੀ ਗਿਆਨ ਤੋਂ ਇਹ ਦਾਤ ਗੁਰਸਿੱਖਾਂ ਵਿੱਚ ਆਈ। ਇਸ ਵਾਸਤੇ ਹੁਣ ਕੋਈ ਵੀ ਗੁਰਸਿੱਖ ਮਾਈ ਪਾਈ ਕੀਰਤਨ ਕਰ ਸਕਦਾ ਅਤੇ ਕੀਰਤਨ ਸੁਣ ਸਕਦਾ। ਇਹ ਕੀਰਤਨ ਦੀ ਦਾਤ ਕੀਰਤਨ ਨਿਰਮੋਲਕ ਹੀਰਾ ਹੈ,
ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਜਿਸ ਉੱਤੇ ਮਾਲਕ ਦੀ ਮਿਹਰ ਹੁੰਦੀ ਹੈ ਉਹਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰਦਾ। ਇੱਕ ਵਾਰ ਭਾਈ ਮਰਦਾਨੇ ਨੇ ਆਖਿਆ ਸੀ, ਸੱਚੇ ਪਾਤਸ਼ਾਹ ਮੈਨੂੰ ਇੰਨਾ ਸਮਾਂ ਹੋ ਗਿਆ ਕੀਰਤਨ ਕਰਦੇ ਅਤੇ ਮਹਾਰਾਜ ਮੈਨੂੰ ਕੋਈ ਏਸੀ ਦਾ ਵਿਜਾਨਾ ਤੇ ਮਿਲਿਆ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਵਿੱਚ ਖਿਆਲ ਆਇਆ ਵੀ ਭਾਈ ਮਰਦਾਨੇ ਦੇ ਮੰਦਰੇ ਵਿੱਚ ਉਹ ਮਾਇਆ ਨੇ ਹਮਲਾ ਕਰ ਦਿੱਤਾ। ਕਹਿਣ ਲੱਗੇ ਭਾਈ ਮਰਦਾਨੇ ਅਰਦਾਸ ਕੀ ਚਾਹੀਦਾ? ਕਹਿਣ ਲੱਗਾ, ਮਹਾਰਾਜ ਜੋ ਕੀਰਤਨ ਦਾ ਵਾਜਬ ਮੁੱਲ ਸਮਝਦੇ ਹੋ ਉਹ ਮੈਨੂੰ ਦੇ ਦਿਓ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਇੱਕ ਬੜਾ ਕੀਮਤੀ ਹੀਰਾ, ਕੀਰਤਨ ਨਿਰਮੋਲਕ ਹੀਰਾ, ਇਹ ਕੀਮਤੀ ਹੀਰਾ ਭਾਈ ਮਰਦਾਨੇ ਨੂੰ ਦਿੱਤਾ। ਕਹਿਣ ਲੱਗੇ, ਭਾਈ ਮਰਦਾਨਿਆਂ ਇਹ ਕੀਮਤੀ ਹੀਰਾ ਹੈ, ਨੌ ਕਿਸਮ ਦੇ ਰਤਨ ਨੇ ਅਤੇ ਉਹਨਾਂ ਵਿੱਚੋਂ ਇੱਕ ਹੀਰਾ ਲਾਲ, ਕਈ ਤਰ੍ਹਾਂ ਦੇ ਉਹਨਾਂ ਦੇ ਨਾਮ ਮਿਲਦੇ। ਸਤਿਗੁਰੂ ਕਹਿਣ ਲੱਗੇ, ਆ ਬੜਾ ਕੀਮਤੀ ਹੀਰਾ ਹੈ, ਕੀਮਤੀ ਲਾਲ ਤੈਨੂੰ ਬਖਸ਼ਿਸ਼ ਕਰਦੇ, ਇਹ ਕੀਰਤਨ ਦਾ ਮੁੱਲ ਹੈ। ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਇਹਦੇ ਬਾਰੇ ਕੁਛ ਗਿਆਨ ਨਹੀਂ ਵੀ ਇਹ ਜਿਹੜਾ ਹੀਰਾ ਜਾਂ ਲਾਲ ਇੰਨਾ ਕੀਮਤੀ ਕਿਵੇਂ ਹੋ ਸਕਦਾ। ਸਤਿਗੁਰੂ ਕਹਿੰਦੇ, ਭਾਈ ਮੁੱਲ ਪੁਆ ਕੀ ਆ, ਪਰ ਕਿਸੇ ਸਿਆਣੇ ਜੌਹਰੀ ਕੋਲੋਂ ਮੁੱਲ ਪੁਆਏ। ਅਤੇ ਜਦੋਂ ਭਾਈ ਮਰਦਾਨਾ ਮੁੱਲ ਪੁਆਉਣ ਵਾਸਤੇ ਗਿਆ, ਪਹਿਲਾਂ ਇੱਕ ਮਾਈ ਦੇ ਘਰ ਪੁੱਜਿਆ, ਭੁੱਖ ਲੱਗੀ ਸੀ, ਰੋਟੀ ਖਾਣੀ ਸੀ ਅਤੇ ਜਾ ਕੇ ਦਸਤਕ ਦਿੱਤੀ। ਮਾਈ ਨਿਕਲੀ, ਕਹਿਣ ਲੱਗੀ, ਦੱਸੋ ਕੀ ਚਾਹੀਦਾ? ਕਹਿੰਦਾ, ਭੁੱਖ ਲੱਗੀ ਆ, ਲੰਗਰ ਛਕਾਰੀ। ਮਾਈ ਨੇ ਲੰਗਰ ਛਕਾ ਦਿੱਤਾ। ਫਿਰ ਭਾਈ ਮਰਦਾਨਾ ਕਹਿੰਦਾ, ਮੇਰੇ ਕੋਲ ਇੱਕ ਲਾਲ ਹੈ, ਮਾਤਾ ਜੇ ਤੂੰ ਲੈਣਾ ਚਾਹੁੰਦੀ ਹੈ ਤਾਂ ਤੂੰ ਵੇਖ ਲੈ, ਜਿਹਦਾ ਮੁੱਲ ਦੇ ਦੇਵੇਂ ਤਾਂ ਮੈਂ ਤੈਨੂੰ ਦੇ ਸਕਦਾ। ਉਹ ਕਹਿੰਦੀ, ਭਾਈ ਮੈਨੂੰ ਦਿਖਾ। ਜਦੋਂ ਦਿਖਾਇਆ, ਉਹ ਕਹਿਣ ਲੱਗੀ, ਭਾਈ ਜਦੋਂ ਕੋਈ ਸਾਧੂ ਆਉਂਦਾ ਸੀ ਮੈਂ ਇੱਕ ਬੁੱਕ ਆਟੇ ਦਾ ਦੇ ਦਿੰਦੀ ਸਾਂ ਅਤੇ ਹੁਣ ਦੋ ਬੁੱਕ ਦੇ ਦੇਵਾਂਗੀ, ਦੋ ਆਟੇ ਦੇ ਬੁੱਕ। ਕਹਿਣ ਲੱਗਾ, ਨਹੀਂ, ਇਹ ਤਾਂ ਬਹੁਤ ਥੋੜ੍ਹਾ ਮੁੱਲ ਹੈ। ਅੱਗੇ ਬਜਾਜ ਦੀ ਦੁਕਾਨ 'ਤੇ ਗਿਆ, ਉਹਨੇ ਇੱਕ ਰੁਪਇਆ ਮੁੱਲ ਪਾਇਆ, ਕੋਈ ਚੰਗਾ ਧਨਾੜ ਸੀ ਉਹਨੇ 100 ਰੁਪਏ ਮੁੱਲ ਪਾਇਆ। ਜਦੋਂ ਸਾਲਸਰੇ ਜੋਹਰੀ ਦੇ ਕੋਲ ਪੁੱਜਿਆ ਅਤੇ ਉਹਨੇ 100 ਰੁਪਏ ਦਰਸ਼ਨੀ ਭੇਟਾ ਦਾ ਦਿੱਤਾ ਅਤੇ ਨਾਲ ਹੀਰੇ ਦੀ ਪਰ ਕਰਕੇ ਕਹਿਣ ਲੱਗਾ, ਭਲਿਆ ਲੋਕਾਂ, ਇਹ ਇੰਨਾ ਅਮੋਲਕ ਹੀਰਾ ਹੈ, ਅਮੋਲਕ ਲਾਲ ਹੈ, ਇਹਦੀ ਕੀਮਤ ਕਿਸੇ ਕੋਲ ਹੈ ਨਹੀਂ, ਕੀਰਤਨ ਨਿਰਮੋਲਕ ਹੀਰਾ। ਅਤੇ ਭਾਈ ਮਰਦਾਨਾ ਬੜਾ ਖੁਸ਼ ਹੋਇਆ, 100 ਰੁਪਏ ਦਰਸ਼ਨੀ ਭੇਟਾ ਦਾ ਲਿਆ ਅਤੇ ਗੁਰੂ ਮਹਾਰਾਜ ਦੇ ਕੋਲ ਆਇਆ। ਸਤਿਗੁਰੂ ਕਹਿਣ ਲੱਗੇ, ਭਲਿਆ ਲੋਕਾਂ, ਵੀ ਜਿਹੜਾ ਤੈਨੂੰ ਕੀਰਤਨ ਦਾ ਗੁਣ ਦਿੱਤਾ ਉਹ ਵੀ ਹੀਰੇ ਨਾਲੋਂ ਵੀ ਅਮੋਲਕ ਹੈ, ਇਸ ਹੀਰੇ ਨਾਲੋਂ ਤੂੰ ਇਸ ਦੀ ਕਦਰ ਕਿਉਂ ਨਹੀਂ ਸਮਝਦਾ? ਇਹਦੀ ਦਰਸ਼ਨੀ ਭੇਟਾ ਦੇ ਨਾਲ ਹੀ ਤੇਰੇ ਸਾਰੇ ਘਰ ਦੇ ਕਾਰਜ, ਪਰਿਵਾਰ ਦੀ ਪਾਲਣਾ ਦੇ, ਲਿਖਾਈ ਪੜ੍ਹਾਈ ਦੇ ਸਾਰੇ ਪੂਰੇ ਹੋ ਸਕਦੇ ਨੇ। ਅਤੇ ਜਿਹੜਾ ਸਭ ਤੋਂ ਕੀਮਤੀ ਕੋਈ ਪਦਾਰਥ ਹੋਵੇ ਉਹਨੂੰ ਵੇਚੀਦਾ ਨਹੀਂ ਹੁੰਦਾ, ਉਹਨੂੰ ਸੰਭਾਲ ਕੇ ਰੱਖੀਦਾ। ਇਹ ਕੀਰਤਨ ਨਿਰਮੋਲਕ ਹੀਰਾ, ਇਹਨੂੰ ਵੇਚਣਾ ਨਹੀਂ, ਇਹਦੀ ਦਰਸ਼ਨੀ ਭੇਟਾ ਹੀ ਸਾਡੇ ਲਈ ਕਾਫੀ ਹੈ। ਸੰਗਤਾਂ ਬੇਅੰਤ ਮਾਇਆ ਸੇਵਾ ਕਰਦੀਆਂ ਨੇ, ਉਹਦੇ ਨਾਲ ਹੀ ਸਾਡਾ ਨਿਰਵਾਹ ਹੋ ਸਕਦਾ। ਇਉਂ ਇਹ ਕੀਰਤਨ ਅਮੋਲਕ ਦਾਤ ਹੈ। ਹਜ਼ੂਰ ਕਹਿੰਦੇ ਨੇ, ਹੇ ਮਨੁੱਖ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਲੋਕ ਅਤੇ ਪ੍ਰਲੋਕ ਵਿੱਚ ਪਰਤ ਰਹਿ ਸਕਦੀ ਹੈ ਅਤੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਉਸ ਵਾਹਿਗੁਰੂ ਦਾ ਜਸ ਕਰਿਆ ਕਰ, ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰ, ਇਹਦੇ ਨਾਲ ਤੇਰਾ ਜੀਵਨ ਸਫਲ ਹੋਵੇਗਾ
ਤੇ ਨਾਲੇ ਲੋਕ ਤੇ ਪ੍ਰਲੋਕ ਵਿੱਚ ਇੱਜ਼ਤ ਅਬਰੋ ਕਾਇਮ ਰਹੇਗੀ। ਇਹ ਹੈ ਪਾਵਨ ਬਾਣੀ ਦੀ ਵਿਚਾਰ ਜੋ ਸੰਤਾਂ ਨੇ ਸਰਵਣ ਕੀਤੀ। ਆਪਾਂ ਇਸ ਨੂੰ ਸੁਣਿਆ, ਆਪਣੇ ਜੇਬ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੇ ਪ੍ਰਸਾਦ ਤੇਰੀ ਪਾਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਰਾਮਕੜੀ ਮਹਲਾ ਦੂਜਾ ਆਨੰਦ ਕੋ ਓਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ।